ਤੇ ਇਸ ਵਕਤ ਸਰਦਾਰ ਮੁਖਤਾਰ ਸਿੰਘ ਢਿੱਲੋਂ ਸਾਹਿਬ ਆਪਣੇ ਨਾਲ ਹਾਜ਼ਰ ਨੇ। ਢਿੱਲੋਂ ਸਾਹਿਬ ਸਵਾਗਤ, ਸਤਿ ਸ੍ਰੀ ਅਕਾਲ ਜੀ। ਜੀ ਜੀ ਢਿੱਲੋਂ ਸਾਹਿਬ, ਸਤਿਕਾਰ ਨਾਲ, ਸਤਿ ਸ੍ਰੀ ਅਕਾਲ। ਬਹੁਤ ਮਿਹਰਬਾਨੀ ਜੀ, ਸੋ ਜੁੜੇ ਹੋ, ਬਹੁਤ ਧੰਨਵਾਦ ਤੁਹਾਡਾ, ਤੇ ਨਾਲ ਨਾਲ ਕੁਛ ਮਸਲਿਆਂ ਦੇ ਨਾਲ ਜੁੜ ਜੀ। ਕਰਨਾਟਕ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ ਜੀ, ਤੇ ਬੀਜੇਪੀ ਦੇ ਸਾਰੇ ਵੱਡੇ ਆਗੂ ਆ ਜਿਹੜੇ ਉੱਥੇ 5 ਦਰਜਨ ਤੋਂ ਵੱਧ ਰੈਲੀਆਂ ਕਰਨ ਦੇ ਵਾਸਤੇ ਵਿਉਂਤਬੰਦੀ ਕਰੀ ਬੈਠੇ ਆ। ਕਾਂਗਰਸ ਉੱਥੇ ਹਮਲਾਵਰ ਰੁੱਖ ਦੇ ਵਿੱਚ ਨਜ਼ਰ ਆਉਂਦੀ ਹੈ, ਪਰ ਦੋਸ਼ ਉਹੀ ਹੈ, ਕੀਚੜ ਉਛਾਲਿਆ ਜਾ ਰਿਹਾ ਹਿੰਦੀ ਦੇ ਵਿੱਚ ਵੀ ਅਸੀਂ ਇੱਕ ਦੂਜੇ ਤੇ। ਬਿਲਕੁਲ ਸੁਖਮੈਰ ਜੀ, ਜੇ ਆਪਾਂ ਦੇਖੀਏ ਕਰਨਾਟਕ ਤਾਂ ਕਰਨਾ ਮਈ ਮਹੀਨੇ ਦੇ ਵਿੱਚ ਹੀ ਕਰਨਾਟਕ ਦੀਆਂ ਚੋਣਾਂ ਹੋਈਆਂ ਜੀ। 2013 ਚ ਜਿਹੜੀ ਚੋਣ ਹੋਈ ਸੀ ਉਦੋਂ ਉੱਥੇ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ ਸੀ, ਲੇਕਿਨ ਜਿਹੜੀ 2014 ਚ ਚੋਣ ਹੋਈ ਹੈ, 2014 ਵਾਲੀ ਚੋਣ ਦੇ ਵਿੱਚ ਕਾਂਗਰਸ ਪਾਰਟੀ ਨੂੰ ਥੋੜਾ ਜਿਹਾ ਰਗੜਾ ਲੱਗਿਆ। ਭਾਜਪਾ ਨੇ ਉੱਥੇ 47.37% ਵੋਟਾਂ ਹਾਸਲ ਕਰਕੇ 28 ਸੀਟਾਂ ਦੇ ਵਿੱਚੋਂ 17 ਸੀਟਾਂ ਤੇ ਜਿੱਤ ਪ੍ਰਾਪਤ ਕਰ ਲਈ ਸੀ। ਵੋਟਾਂ ਭਾਵੇਂ ਕਾਂਗਰਸ ਪਾਰਟੀ ਨੂੰ ਵੀ 41.15% ਮਿਲ ਗਈਆਂ ਸਨ, ਪਰ ਲੋਕ ਸਭਾ ਦੇ ਵਿੱਚ ਉਹਦੇ ਮੈਂਬਰ ਨਾ ਹੀ ਪਹੁੰਚ ਸਕੇ ਸੀ ਕਰਨਾਟਕਾ ਤੋਂ। ਔਰ ਕਰਨਾਟਕਾ ਦੇ ਵਿੱਚ ਜਿਹੜਾ ਜਨਤਾ ਦਲ ਸੈਕੂਲਰ ਹੈ, ਸਾਬਕਾ ਜਿਹੜਾ ਪ੍ਰਧਾਨ ਮੰਤਰੀ ਆਪਣਾ ਮਿਸਟਰ ਜੇਬ ਗੌੜਾ ਉਹਨਾਂ ਦੀ ਪਾਰਟੀ ਹੈ, ਉਹਨੂੰ 11% ਵੋਟਾਂ ਮਿਲ ਗਈਆਂ ਸੀ ਤੇ ਲੋਕ ਸਭਾ ਦੇ ਵਿੱਚ ਉਹਨਾਂ ਦੀਆਂ 3 ਸੀਟਾਂ ਜਿਹੜੀਆਂ ਚਲੀਆਂ ਗਈਆਂ ਸੀ। ਕਰਨਾਟਕਾ ਦੀ ਜਿਹੜੀ ਕੁੱਲ ਆਬਾਦੀ ਹੈ ਉਹਦਾ 30% ਹਿੱਸਾ ਪੱਛਮੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਹੈ। ਮੁਸਲਮਾਨਾਂ ਦੀ ਗਿਣਤੀ ਹੈ ਜਿਹੜੀ ਉਹ ਲਗਭਗ 9% ਹੈ, ਤੇ ਲੰਗੈਤਾਂ ਦੀ ਸੰਖਿਆ ਜਿਹੜੀ ਹੈ ਜੀ ਉਹ 17% ਹੈ। 23% ਜਿਹੜੀ ਇੱਥੇ ਪਾਪੂਲੇਸ਼ਨ ਹੈਗੀ ਹੈ ਜੀ ਉਹ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲਿਆਂ ਦੀ ਹੈ। ਭਾਜਪਾ ਦੀ ਸ਼ੁਰੂ ਤੋਂ ਕੋਸ਼ਿਸ਼ ਰਹੀ ਹੈ ਕਿ ਪਛੜੀਆਂ ਜਾਤੀਆਂ ਤੇ ਅਨੁਸੂਚਿਤ ਜਾਤੀਆਂ ਨੂੰ ਕਾਂਗਰਸ ਪਾਰਟੀ ਤੋਂ ਲਾਂਭੇ ਕੀਤਾ ਜਾਵੇ। ਇਹੀ ਵਜ੍ਹਾ ਵੀ ਜੇਡੀ ਤੜਪਾ ਜਿਹੜਾ ਹੈਗਾ ਉਹਨਾਂ ਦਾ ਮੁੱਖ ਮੰਤਰੀ ਦਾ ਕੈਂਡੀਡੇਟ ਉਹਨਾਂ ਨੇ ਐਲਾਨੇ ਉਹ ਲੰਗਾਇਤ ਕਬੀਲੇ ਨਾਲ ਸੰਬੰਧਿਤ ਹੈ, ਔਰ ਇਹਨਾਂ ਦੇ ਜਿਹੜੇ ਧਾਰਮਿਕ ਨੇਤਾ ਉਹਨਾਂ ਨੇ ਵੀ ਕਾਫੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਆਪਣੇ ਨਾਲ ਰਲਾਉਣ ਵਾਸਤੇ। ਦਲਤਾਂ ਦੇ ਘਰ ਜੈਦੂਰੱਪਾ ਦਾ ਜਾ ਕੇ ਰਹਿਣਾ ਇਹ ਵੀ ਭਾਜਪਾ ਦੀ ਇਸੇ ਨੀਤੀ ਦਾ ਇੱਕ ਹਿੱਸਾ ਹੈ ਕਿ ਇਹ ਦਲਿਤ ਵਰਗ ਨੂੰ ਇਹ ਅਹਿਸਾਸ ਕਰਾਇਆ ਜਾਵੇ ਕਿ ਸਾਡੇ ਨਾਲੋਂ ਤੁਹਾਡੇ ਕੋਈ ਹੋਰ ਨੇੜੇ ਨਹੀਂ ਹੋ ਸਕਦਾ। ਅਗਲੀ ਗੱਲ ਇੱਥੇ ਹੈ ਕਿ ਕਾਂਗਰਸ ਪਾਰਟੀ ਨੂੰ ਜਿਹੜੀ 2014 ਦੇ ਵਿੱਚ ਮਾਰ ਪਈ ਸੀ ਉਸ ਮਾਰ ਤੋਂ ਬਾਅਦ ਜਿਹੜਾ ਕਾਂਗਰਸ ਪਾਰਟੀ ਦਾ ਉੱਥੇ ਮੁੱਖ ਮੰਤਰੀ ਹੈ ਸਿੱਧਰਮਈਆ ਉਹ ਬਹੁਤ ਇੰਟੈਲੀਜੈਂਟ ਹੈ ਤੇ ਉਹਨੇ 2014 ਦੀ ਚੋਣ ਤੋਂ ਬਾਅਦ ਹੀ ਪੂਰੇ ਦਾ ਪੂਰਾ ਮਤਲਬ ਜਿਹੜਾ ਹੈਗਾ ਆਪਣਾ ਸਾਰਾ ਦਾਰੋਮਦਾਰ ਉਹ 2018 ਦੀ ਚੋਣ ਨੂੰ ਮੁੱਖ ਰੱਖਦੇ ਹਨ, ਸਾਰਾ ਉਹਨੇ ਆਪਣਾ ਤਰੀਕਾ ਅਪਣਾਇਆ। ਦੂਜੇ ਪਾਸੇ ਅਮਿਤ ਸ਼ਾਹ ਹੋਣੀ ਤੇ ਨਰਿੰਦਰ ਮੋਦੀ ਹੋਣੀ ਹੈ ਜੀ। ਨਰਿੰਦਰ ਮੋਦੀ ਤੇ ਅਮਿਤ ਸ਼ਾਹ ਹੋਣੀ ਵਾਰ ਵਾਰ ਇਹ ਸੱਦਾ ਦੇ ਰਹੇ ਹੈ ਕਿ ਭਾਰਤ ਨੂੰ ਕਾਂਗਰਸ ਮੁਕਤ ਕਰਨਾ ਹੈ, ਤੇ ਉਹ ਕਹਿੰਦੇ ਕਿ ਹੁਣ ਤੱਕ ਅਸੀਂ ਜਿੰਨੀਆਂ ਵੀ ਚੋਣਾਂ ਲੜੀਆਂ ਉਹ ਚੋਣਾਂ ਕਦੇ ਹਾਰੀਆਂ ਨਹੀਂ ਸਿਵਾਏ ਪੰਜਾਬ ਨੂੰ ਛੱਡ ਕੇ, ਬਾਕੀ ਸਾਰੇ ਥਾਵਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਨੂੰ ਦਿਲਚਸਪੀ ਹੋਈ ਹੈ। ਤੇ ਨਾਲ ਉਹਨਾਂ ਦਾ ਇਹ ਕਹਿਣਾ ਕਿ ਜੇ ਕਰਨਾਟਕਾ ਦੇ ਵਿੱਚੋਂ ਵੀ ਭਾਰਤੀ ਜਨਤਾ ਪਾਰਟੀ ਜਿੱਤ ਜਾਵੇ ਇੱਥੇ ਹਾਰ ਜਾਂਦੀ ਹੈ ਕਾਂਗਰਸ ਪਾਰਟੀ, ਤਾਂ ਫਿਰ ਕਹਿੰਦੇ ਵੀ ਜਿਹੜਾ ਮੁੱਢ ਵੱਜ ਹੀ ਗਿਆ 2019 ਦੀਆਂ ਚੋਣਾਂ ਨੂੰ ਲੈ ਕੇ। ਦੂਜੇ ਪਾਸੇ ਕਾਂਗਰਸ ਪਾਰਟੀ ਹੈ, ਕਾਂਗਰਸ ਪਾਰਟੀ ਵੀ ਇਸ ਕੰਧੇ ਤੇ ਲੱਗੀ ਹੋਈ ਹੈ ਕਿ ਕਿਸੇ ਨਾ ਕਿਸੇ ਹਾਲਤ ਦੇ ਵਿੱਚ ਅਸੀਂ ਕਰਨਾਟਕਾ ਨਹੀਂ ਛੱਡਣਾ, ਕਰਨਾਟਕਾ ਜਿੱਤਣਾ ਜਿੱਤਣਾ। ਔਰ ਇਹਦੇ ਵਾਸਤੇ ਕਾਂਗਰਸ ਪਾਰਟੀ ਦੇ ਆਗੂ ਜਿਹੜੇ ਪ੍ਰਧਾਨ ਹੈ ਇਸ ਵੇਲੇ ਰਾਹੁਲ ਗਾਂਧੀ ਲਗਾਤਾਰ ਕਰਨਾਟਕਾ ਦੇ ਵਿੱਚ ਗੇੜੇ ਮਾਰ ਰਹੇ ਹੈ, ਤੇ ਇੱਕ ਰਿਪੋਰਟ ਦੱਸਦੀ ਹੈ ਅਖਬਾਰਾਂ ਦੀ ਕਿ ਹੁਣ ਤੱਕ ਉਹਨਾਂ ਨੇ ਜਿੰਨੇ ਵੀ ਜ਼ਿਲ੍ਹੇ ਆ ਕਰਨਾਟਕਾ ਦੇ ਲਗਭਗ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰ ਰਹੇ। ਅਗਲੀ ਗੱਲ ਸੁਖਮੈਰ ਜੀ ਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਕਿ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਆਗੂ ਮੰਦਰਾਂ ਨੂੰ ਆਪਣਾ ਆਧਾਰ ਬਣਾਉਂਦੇ ਹੁੰਦੇ ਸੀ,
ਮੰਦਰਾਂ ਦੇ ਵਿੱਚ ਜਾ ਕੇ ਪੂਜਾ ਪਾਠ ਕਰਦੇ ਹੁੰਦੇ ਤੇ ਮੰਦਰਾਂ ਦੇ ਵਿੱਚੋਂ ਫਿਰ ਆਸ਼ੀਰਵਾਦ ਕਹਿੰਦੇ ਲੈਂਦੇ। ਅਸਲ ਦੇ ਵਿੱਚ ਉਹ ਆਸ਼ੀਰਵਾਦ ਲੈਣ ਵਾਲੀ ਗੱਲ ਨਹੀਂ ਹੁੰਦੀ, ਉਹ ਮੰਦਰ ਜਿਸ ਭਾਈਚਾਰੇ ਨਾਲ ਸੰਬੰਧਿਤ ਹੁੰਦਾ ਉਸ ਭਾਈਚਾਰੇ ਦੇ ਲੋਕਾਂ ਦੀਆਂ ਜਿਹੜੀਆਂ ਵੋਟਾਂ ਹੈ ਉਹਨਾਂ ਵੋਟਾਂ ਨੂੰ ਪ੍ਰਭਾਵਿਤ ਕਰਨਾ ਹੁੰਦਾ। ਤੁਸੀਂ ਦੇਖਿਆ ਹੁਣ ਪਿੱਛੇ ਗੁਜਰਾਤ ਦੀਆਂ ਚੋਣਾਂ ਹੁੰਦੀਆਂ ਸੀ, ਗੁਜਰਾਤ ਦੀਆਂ ਚੋਣਾਂ ਵੇਲੇ ਵੀ ਰਾਹੁਲ ਗਾਂਧੀ ਜਦੋਂ ਵੀ ਗੁਜਰਾਤ ਦੇ ਵਿੱਚ ਜਾਂਦਾ ਸੀ ਉਹ ਕਿਸੇ ਦਾ ਕਿਸੇ ਮੰਦਰ ਦੇ ਵਿੱਚ ਜ਼ਰੂਰ ਜਾਂਦਾ ਸੀ, ਔਰ ਉਸੇ ਤਰ੍ਹਾਂ ਹੁਣ ਵੀ ਉਹਨਾਂ ਨੇ ਮੰਦਰਾਂ ਦੇ ਵਿੱਚ ਜਾਣਾ ਸ਼ੁਰੂ ਕਰਤਾ ਹੈ। ਔਰ ਕਰਨਾਟਕਾ ਦੀ ਵੀ ਹਾਲਤ ਹੈ, ਕਰਨਾਟਕਾ ਦੀ ਹਾਲਤ ਹੈ ਕਿ ਕਰਨਾਟਕਾ ਦੇ ਵਿੱਚ ਲਗਭਗ ਸਾਰੇ ਹੀ ਧਰਮਾਂ ਦੇ ਮੰਦਰ ਹੈ, ਜਿਸ ਕਿਸਮ ਦੀ ਪਾਪੂਲੇਸ਼ਨ ਹੈ, ਪਾਪੂਲੇਸ਼ਨ ਨੇ ਆਪੋ ਆਪਣੇ ਮੰਦਰ ਬਣਾਏ ਹੋਏ ਹੈ ਤੇ ਉਹਨਾਂ ਦੀ ਰਾਜਨੀਤੀ ਹੈ ਜਿਹੜੀ ਉਹ ਮੰਦਰ ਬੇਸਡ ਰਾਜਨੀਤੀ ਹੈ। ਮਤਲਬ ਮੰਦਰ ਦਾ ਝੁਕਾਅ ਕਿੱਧਰ ਨੂੰ ਹੈ, ਮੰਦਰ ਪ੍ਰਤੀ ਕਿਸੇ ਲੀਡਰ ਦੀ ਕਿਸੇ ਪਾਰਟੀ ਦੀ ਅਪਰੋਚ ਕੀ ਹੈ, ਇਸ ਗੱਲ ਨੂੰ ਲੈ ਕੇ ਲੋਕ ਆਪਣਾ ਮਨ ਬਣਾਉਂਦੇ ਹੈ। ਇਸ ਵਾਸਤੇ ਮੰਦਰ ਦਾ ਜਿਹੜਾ ਵੋਟ ਆਸਰਾ ਕਾਂਗਰਸ ਨੇ ਵੀ ਲਿਆ ਹੋਇਆ ਤੇ ਮੰਦਰ ਦਾ ਵੋਟ ਆਸਰਾ ਭਾਰਤੀ ਜਨਤਾ ਪਾਰਟੀ ਨੇ ਵੀ ਲਿਆ ਹੋਇਆ। ਇੱਥੇ ਇੱਕ ਨਵਾਂ ਦਾਅ ਖੇਡਿਆ ਕਾਂਗਰਸ ਪਾਰਟੀ ਨੇ, ਉਹ ਦਾਅ ਖੇਡਿਆ ਲੰਗੈਤ ਭਾਈਚਾਰੇ ਨੂੰ ਇੱਕ ਵਿਸ਼ੇਸ਼ ਦਰਜਾ ਦੇ ਕੇ ਉਹਨੂੰ ਰਿਜ਼ਰਵੇਸ਼ਨ ਵਾਲੇ ਪਾਸੇ ਲੈ ਕੇ ਜਾਣਾ। ਹਾਲਾਂਕਿ ਰਿਜ਼ਰਵੇਸ਼ਨ ਦੇਣ ਦਾ ਫੈਸਲਾ ਜਿਹੜਾ ਹੈ ਉਹ ਕੇਂਦਰ ਸਰਕਾਰ ਨੇ ਕਰਨਾ ਹੁੰਦਾ ਹੈ, ਸਟੇਟ ਸਰਕਾਰ ਦੇ ਕੋਈ ਬਸ ਦੀ ਗੱਲ ਨਹੀਂ ਹੁੰਦੀ। ਔਰ ਸਟੇਟ ਸਰਕਾਰ ਸਿਫਾਰਿਸ਼ ਕਰ ਸਕਦੀ ਹੈ, ਕਰਨਾਟਕਾ ਦੀ ਸਰਕਾਰ ਨੇ ਕੀਤਾ ਕਿ ਉਹਨਾਂ ਨੇ ਲੰਗੈਤ ਭਾਈਚਾਰੇ ਨੂੰ ਵਿਸ਼ੇਸ਼ ਦਰਜਾ ਦੇਣ ਦਾ ਮਸਾ ਪ੍ਰਵਾਨ ਕਰ ਲਿਆ, ਆਪਣੇ ਵੱਲੋਂ ਸਿਫਾਰਿਸ਼ ਕਰਤੀ ਤੇ ਉਹ ਕੇਂਦਰ ਸਰਕਾਰ ਨੂੰ ਭੇਜਦੀ ਹੈ। ਹੁਣ ਗੇਂਦ ਕੇਂਦਰ ਸਰਕਾਰ ਦੇ ਪਾਲੇ ਚ ਹੈ, ਕੇਂਦਰ ਸਰਕਾਰ ਨੂੰ ਇਹ ਹੈ ਕਿ ਜੇ ਅਸੀਂ ਕੁਛ ਕਰਤਾ ਤਾਂ ਦੂਜੀਆਂ ਵੋਟਾਂ ਸਾਡੀਆਂ ਖਤਮ ਹੋ ਜਾਣਗੀਆਂ। ਕਾਂਗਰਸ ਪਾਰਟੀ ਨੂੰ ਇਹ ਹੈ ਕਿ ਅਸੀਂ ਲੰਗੈਤ ਭਾਈਚਾਰੇ ਦੀਆਂ ਵੋਟਾਂ ਹਾਸਿਲ ਕਰ ਲਾਂਗੇ ਕਿ ਤੁਹਾਡੀ ਖਾਤਰ ਅਸੀਂ ਕੁਛ ਤਾਂ ਕੀਤਾ। ਇੱਕ ਇੱਕ ਤੁਸੀਂ ਦੇਖਿਆ ਉਹਨਾਂ ਧਿਆਨ ਦੇ ਵਿੱਚ ਤੁਹਾਡੇ ਆਇਆ ਹੋਣਾ, ਪੁਰਾਣੇ ਜ਼ਮਾਨੇ ਦੇ ਵਿੱਚ ਮਿਸਟਰ ਦੋ ਭਰਾ ਹੁੰਦੇ ਸੀ ਰੈਡੀ ਬ੍ਰਦਰਸ, ਉਹ ਆਹ ਜਿਹੜੀ ਖਣਨ ਵਾਲੀ ਪ੍ਰੋਬਲਮ ਹੈ ਮਾਈਨਿੰਗ ਵਾਲੀ ਪ੍ਰੋਬਲਮ ਸਾਡੇ ਤਾਂ ਹੋਣਾ ਹੀ ਹੈ, ਕਰਨਾਟਕਾ ਦੇ ਵਿੱਚ ਬਹੁਤ ਪੁਰਾਣੀ ਚੱਲਦੀ ਸੀ। ਔਰ ਇਹ ਉਹ ਭਰਾ ਹੈ ਜਿਹਨਾਂ ਭਰਾਵਾਂ ਨੇ ਰੈਡੀ ਭਰਾਵਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਮਾਈਨਿੰਗ ਦੇ ਜ਼ਰੀਏ ਬੜੀ ਮੋਟੀ ਕਮਾਈ ਕੀਤੀ ਸੀ। ਹੈਲੀਕਾਪਟਰ ਹਵਾਈ ਜਹਾਜ਼ ਤਾਂ ਉਹਨਾਂ ਦੇ ਆਪਦੇ ਹੈ ਹੀ ਹੈ। ਉਹ ਕਹਿੰਦੇ ਉਹਨਾਂ ਦੇ ਫਰਨੀਚਰ ਤੇ ਭਾਂਡੇ ਵੀ ਚਾਂਦੀ ਤੇ ਸੋਨੇ ਦੇ ਬਣੇ ਹੋਏ ਹੈ, ਲੰਬਾ ਸਮਾਂ ਉਹ ਜੇਲ੍ਹ ਚ ਵੀ ਰਹਿ ਕੇ ਆਏ ਹੈ। ਹੁਣ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਵੀ ਆਪਣੇ ਨਾਲ ਲਾ ਲਿਆ, ਪਹਿਲਾਂ ਵੀ ਭਾਰਤੀ ਜਨਤਾ ਪਾਰਟੀ ਨਾਲ ਸੀ ਤੇ ਹੁਣ ਵੀ ਭਾਰਤੀ ਜਨਤਾ ਪਾਰਟੀ ਦੇ ਨਾਲ। ਦੂਜੇ ਪਾਸੇ ਜਿਹੜਾ ਯੇਦੁਰੱਪਾ ਵਾਲਾ ਲੀਡਰ ਹੈ ਜਿਹਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਬਣਾਇਆ ਹੈ ਭਾਰਤੀ ਜਨਤਾ ਪਾਰਟੀ ਨੇ, ਇਸ ਨੂੰ ਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਅੰਦਰ ਜੇਲ੍ਹ ਚ ਜਾਣਾ ਪੈ ਗਿਆ ਸੀ, ਮੁੱਖ ਮੰਤਰੀ ਹੁੰਦੇ ਇਹਦੇ ਖਿਲਾਫ਼ ਜਾਣ ਲੱਗੇ ਸੀ। ਸੋ ਜੇ ਆਪਾਂ ਦੇਖੀਏ ਤਾਂ ਕਰਨਾਟਕਾ ਦੀ ਤਾਣੀ ਬੜੀ ਉਲਝੀ ਹੋਈ ਹੈ, ਲੇਕਿਨ ਜੇ ਦੇਖੀਏ ਆਪਾਂ ਕਿਸੇ ਵੀ ਚੋਣ ਨਤੀਜੇ ਬਾਰੇ ਪ੍ਰੈਡਿਕਸ਼ਨ ਕਰਨੀ ਸੌਖੀ ਨਹੀਂ ਹੁੰਦੀ ਕਿ ਉੱਥੇ ਹੋਊਗਾ ਕੀ, ਪਰਸੈਪਸ਼ਨ ਬਾਰੇ ਆਪਾਂ ਜ਼ਰੂਰ ਗੱਲ ਕਰ ਸਕਦੇ ਹਾਂ ਕਿ ਪਰਸੈਪਸ਼ਨ ਕੀ ਹੈ, ਲੋਕ ਇਹਦੇ ਬਾਰੇ ਸੋਚਦੇ ਕੀ ਹੈ। ਕਰਨਾਟਕਾ ਦੇ ਵਿੱਚੋਂ ਜੋ ਇਨਫੋਰਮੇਸ਼ਨ ਆ ਰਹੀ ਹੈ ਉਹਦੇ ਮੁਤਾਬਕ ਇਹ ਹੈ ਕਿ ਪਿਛਲੇ 2014 ਤੋਂ ਬਾਅਦ ਜਿਹੜਾ ਮੁੱਖ ਮੰਤਰੀ ਹੈ, ਮੁੱਖ ਮੰਤਰੀ ਨੇ ਇੰਨਾ ਜ਼ਿਆਦਾ ਕੰਮ ਕੀਤਾ ਹੈ, ਲੋਕਾਂ ਨੂੰ ਇੰਨੀਆਂ ਜ਼ਿਆਦਾ ਫੈਸਿਲਿਟੀਜ਼ ਦਿੱਤੀਆਂ ਕਿ ਉਹ ਕਾਫੀ ਹੱਦ ਤੱਕ ਪਾਪੂਲਰ ਹੋ ਗਿਆ ਜੀ। ਕਈ ਵਾਰੀ ਆਪਾਂ ਦੇਖਦੇ ਹੁੰਦੇ ਹਾਂ ਵੀ ਲੋਕ ਸਭਾ ਦੇ ਵਿੱਚ ਕੁਛ ਹੋਰ ਹੁੰਦੀ ਹੈ ਕਹਾਣੀ ਤੇ ਜਿਹੜੀ ਵਿਧਾਨ ਸਭਾ ਹੈ ਉੱਥੇ ਕਹਾਣੀ ਕੋਈ ਹੋਰ ਹੋ ਜਾਂਦੀ ਹੈ। ਸੋ ਹੁਣ ਇਹ ਹੈ ਜਿਹੜੀ ਇਨਫੋਰਮੇਸ਼ਨ ਆ ਰਹੀ ਕਿ ਕਾਫੀ ਹੱਦ ਤੱਕ ਉਹਨਾਂ ਨੇ ਆਪਣਾ ਆਧਾਰ ਮਜ਼ਬੂਤ ਕੀਤਾ ਹੈ ਤੇ ਇਸ ਵੇਲੇ ਕਾਂਗਰਸ ਪਾਰਟੀ ਬਹੁਤ ਮਜ਼ਬੂਤੀ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਕਰ ਰਹੀ ਹੈ। ਵੈਸੇ ਤਾਂ ਜਿਵੇਂ ਕਿਹਾ ਜਾਂਦਾ ਹੈ ਕਿ ਐਂਟੀ ਇਨਕੰਬੈਂਸੀ ਫੈਕਟਰ ਹੁੰਦਾ ਹੈ, ਐਂਟੀ ਇਨਕੰਬੈਂਸੀ ਫੈਕਟਰ ਕਰਨਾਟਕਾ ਚ ਵੀ ਜ਼ਰੂਰ ਹੋਊਗਾ, ਪਰ ਜੇ ਆਪਾਂ ਦੇਖੀਏ ਪੰਜਾਬ ਨੂੰ ਇੱਕ ਮਿਸਾਲ ਦੇ ਤੌਰ ਤੇ ਲਈਏ, ਪੰਜਾਬ ਦੀ ਹਾਲਤ ਵੀ ਕਰਨਾਟਕਾ ਵਰਗੀ ਸੀ। ਪੰਜਾਬ ਦੇ ਵਿੱਚ ਵੀ 1947 ਤੋਂ ਲੈ ਕੇ ਜਿੰਨੀਆਂ ਇਲੈਕਸ਼ਨਾਂ ਹੋਈਆਂ ਕਦੇ ਵੀ ਕਿਸੇ ਪਾਰਟੀ ਨੇ ਰਿਪੀਟ ਨਹੀਂ ਕੀਤਾ ਸੀ, ਹਰ ਵਾਰੀ ਇਹ ਹੁੰਦਾ ਸੀ ਕਿ ਜਿਹੜੀ ਪਾਰਟੀ ਐਤਕੀ ਜਿੱਤ ਗਈ ਅਗਲੀ ਵਾਰੀ ਪਾਰਟੀ ਫਿਰ ਉਹ ਹਾਰ ਜਾਂਦੀ ਤੇ ਦੂਜੀ ਪਾਰਟੀ ਆਉਂਦੀ। ਇਹ ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਅਸਲ ਪੰਜਾਬ ਜਿਹੜਾ ਹੋਣ ਵਾਲਾ ਹੈ ਪੁਰਾਣਾ ਪੰਜਾਬ ਨਹੀਂ, ਮੈਂ 1 ਨਵੰਬਰ 1976 ਜਦੋਂ ਪੰਜਾਬੀ ਸੂਬਾ ਬਣਿਆ, ਪੰਜਾਬੀ ਸੂਬੇ ਦੇ ਬਣਨ ਤੋਂ ਬਾਅਦ
ਪੰਜਾਬ ਦੀ ਹਾਲਤ ਹੀ ਰਹੀ ਹੈ। ਲੇਕਿਨ ਜੇ 2007 ਦੇ ਵਿੱਚ ਆਪਾਂ ਦੇਖੀਏ ਤਾਂ 2007 ਦੇ ਵਿੱਚ ਵੀ ਇੱਥੇ ਅਕਾਲੀ ਦਲ ਦੀ ਸਰਕਾਰ ਬਣੀ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਦੇ ਚੌਥੀ ਵਾਰ ਮੁੱਖ ਮੰਤਰੀ ਬਣੀ ਸੀ, ਤੇ ਫਿਰ 2012 ਦੇ ਵਿੱਚ ਜਿਹੜੀ ਚੋਣ ਹੁੰਦੀ ਹੈ, 2012 ਦੀ ਚੋਣ ਦੇ ਵਿੱਚ ਵੀ ਕਾਂਗਰਸ ਪਾਰਟੀ ਹਾਰ ਗਈ ਸੀ, ਅਕਾਲੀ ਸਰਕਾਰ ਰਿਪੀਟ ਕਰ ਗਈ ਸੀ। ਸੋ ਇਹ ਇੱਕ ਨਵੀਂ ਜੀ ਕਿਸਮ ਦਾ ਤਜਰਬਾ ਹੈ, ਇਸ ਕਰਕੇ ਇਸ ਗੱਲ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ ਕਿ ਜੇ ਪੰਜਾਬ ਦੇ ਵਿੱਚ ਇਹ ਸਥਿਤੀ ਹੋ ਸਕਦੀ ਹੈ ਤਾਂ ਕਰਨਾਟਕਾ ਚ ਵੀ ਦੁਹਰਾਇਆ ਜਾ ਸਕਦਾ ਇਸ ਕਿਸੇ ਨੂੰ। ਵੈਸੇ ਜੇ ਆਪਾਂ ਕਰਨਾਟਕਾ ਦੇ ਇਤਿਹਾਸ ਦੇ ਉੱਤੇ ਨਿਗਾਹ ਮਾਰੀਏ ਤਾਂ ਕਰਨਾਟਕਾ ਦਾ ਰੁਝਾਨ ਬਹੁਤਾ ਕਾਂਗਰਸ ਵਾਲੇ ਪਾਸੇ ਰਿਹਾ ਹੈ। ਇੱਕ ਵਾਰੀ ਭਾਰਤੀ ਜਨਤਾ ਪਾਰਟੀ ਨੇ ਇੱਥੇ ਆਪਣੀ ਸਰਕਾਰ ਬਣਾਈ ਸੀ, ਉਹ ਤੋਂ ਬਾਅਦ ਕਾਂਗਰਸ ਪਾਰਟੀ ਦੀ ਹੀ ਇੱਥੇ ਸਰਕਾਰ ਰਹੀ ਹੈ। 1977 ਦੇ ਵਿੱਚ ਜਦੋਂ ਐਮਰਜੈਂਸੀ ਹਟਾਉਣ ਤੋਂ ਬਾਅਦ ਇਲੈਕਸ਼ਨ ਕਰਵਾਈ ਸੀ ਇੰਦਰਾ ਗਾਂਧੀ ਨੇ, ਉਸ ਇਲੈਕਸ਼ਨ ਦੇ ਵਿੱਚ ਸਾਰੀਆਂ ਏਜੰਸੀਆਂ ਨੇ ਇੰਦਰਾ ਗਾਂਧੀ ਨੂੰ ਕਹਿਤਾ ਸੀ ਕਿ ਮੈਡਮ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਹਰਾ ਨਹੀਂ ਸਕਦੀ, ਤੁਸੀਂ ਜਿੱਤੋਗੇ ਜਿੱਤੋਗੇ। ਲੇਕਿਨ ਜਦੋਂ ਰਿਜ਼ਲਟ ਆਇਆ ਸੀ ਤਾਂ ਰਿਜ਼ਲਟ ਬੜਾ ਭਿਆਨਕ ਆਇਆ, ਕਾਂਗਰਸ ਪਾਰਟੀ ਬੁਰੀ ਤਰ੍ਹਾਂ ਹਾਰ ਗਈ। ਇੱਥੋਂ ਤੱਕ ਇੰਦਰਾ ਗਾਂਧੀ ਤੇ ਉਹਦਾ ਬੇਟਾ ਸੰਜੇ ਗਾਂਧੀ ਉਹ ਵੀ ਆਪਣੀਆਂ ਸੀਟਾਂ ਨਹੀਂ ਸੀ ਬਚਾ ਸਕੇ, ਉਹ ਵੀ ਦੋਨੋਂ ਹਾਰ ਗਏ ਸੀ। ਫਿਰ ਦੁਬਾਰਾ ਜਿਹੜੀ ਵਾਪਸੀ ਹੁੰਦੀ ਹੈ ਇੰਦਰਾ ਗਾਂਧੀ ਦੀ, ਉਹ ਵਾਪਸੀ ਦਾ ਮੁੱਦ ਵੀ ਕਰਨਾਟਕਾ ਤੋਂ ਵਜਿਆ ਸੀ। ਕਰਨਾਟਕਾ ਦੇ ਵਿੱਚ ਇੰਦਰਾ ਗਾਂਧੀ ਨੇ ਇਲੈਕਸ਼ਨ ਲੜੀ ਸੀ, ਇੱਕ ਪਾਰਲੀਮੈਂਟਰੀ ਮੇਰਾ ਖਿਆਲ ਸ਼ਾਇਦ ਬਲੇਰੀ ਦੀ ਸੀਟ ਸੀ, ਪਰ ਬਲੇਰੀ ਦੇ ਵਿੱਚੋਂ ਜਿੱਤ ਕੇ ਆਈ ਸੀ। ਜਿੱਤ ਕੇ ਆਉਣ ਤੋਂ ਬਾਅਦ ਫਿਰ ਉਹ ਭਾਰਤ ਦੀ ਪਾਰਲੀਮੈਂਟ ਦੀ ਮੈਂਬਰ ਬਣੀ। ਲੇਕਿਨ ਉਸ ਵੇਲੇ ਜਿਹੜੀ ਜਨਤਾ ਪਾਰਟੀ ਬਣੀ ਸੀ, ਸੱਤਾ ਚ ਆਈ ਸੀ, ਵੱਖ ਵੱਖ ਪਾਰਟੀਆਂ ਨੂੰ ਮਿਲਾ ਕੇ ਇੱਕ ਪਾਰਟੀ ਬਣੀ ਹੋਈ ਸੀ, ਉਹਦੇ ਵਿੱਚ ਮੌਜੂਦਾ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪਹਿਲਾ ਰੂਪ ਹੁੰਦਾ ਸੀ ਜਨਸੰਘ, ਜਨਸੰਘ ਵੀ ਉਹਦੇ ਵਿੱਚ ਸ਼ਾਮਿਲ ਹੋਣੀ ਸੀ। ਲੇਕਿਨ ਉਸ ਸਰਕਾਰ ਨੇ ਇੰਦਰਾ ਗਾਂਧੀ ਨੂੰ ਚੁਣੀ ਹੋਈ ਪਾਰਲੀਮੈਂਟ ਦੀ ਮੈਂਬਰੀ ਤੋਂ ਬਰਖਾਸਤ ਕਰ ਦਿੱਤਾ ਸੀ। ਉਹ ਬਰਖਾਸਤ ਕਰਨ ਦਾ ਨਤੀਜਾ ਹੋਇਆ ਸੀ ਕਿ ਦੇਸ਼ ਭਰ ਦੇ ਵਿੱਚ ਇੰਦਰਾ ਗਾਂਧੀ ਦੇ ਹੱਕ ਵਿੱਚ ਇੱਕ ਲਹਿਰ ਚੁੱਕੀ ਸੀ। ਔਰ ਅਗਲਾ ਫਿਰ ਜਿਹੜਾ ਸਟੈਪ ਆਉਂਦਾ ਹੈ ਉਹ ਇਸ ਗੱਲ ਦੇ ਉੱਤੇ ਰੌਲਾ ਪੈ ਗਿਆ ਉਹ ਜਨਤਾ ਪਾਰਟੀ ਦੀ ਸਰਕਾਰ ਦੇ ਵਿੱਚ ਪੂਰੀ ਮੈਂਬਰਸ਼ਿਪ ਉੱਤੇ, ਕਿਉਂਕਿ ਆਮ ਤੌਰ ਤੇ ਜਿਹੜੀ ਉਹਨਾਂ ਨੇ ਪਾਰਟੀਆਂ ਨੇ ਫੈਸਲਾ ਕੀਤਾ ਸੀ ਕਿ ਜਨਤਾ ਪਾਰਟੀ ਬਣਾਈ ਸੀ, ਉਹਨਾਂ ਨੇ ਕਿਹਾ ਸੀ ਕਿ ਸਾਡੀ ਪਾਰਟੀ ਸੈਕੂਲਰ ਪਾਰਟੀ ਹੈ, ਇਸ ਪਾਰਟੀ ਦਾ ਸਿਰਕਾ ਪ੍ਰਸਤੀ ਦਾ ਕੋਈ ਬਾਹ ਵਾਸਤਾ ਨਹੀਂ ਹੋਊਗਾ। ਲੇਕਿਨ ਆਰ ਐਸ ਜਿਹੜੇ ਜਨਸੰਘ ਵਾਲੇ ਸੀ ਉਹ ਰਲ ਤੱਕ ਹੋਏ ਭਾਰਤੀ ਜਨਤਾ ਪਾਰਟੀ ਚ ਗਏ, ਭਾਰਤੀ ਜਨਤਾ ਪਾਰਟੀ ਚ ਗਏ, ਉਹਨਾਂ ਨੇ ਜਨਤਾ ਪਾਰਟੀ ਦੀ ਮੈਂਬਰਸ਼ਿਪ ਵੀ ਹਾਸਲ ਕਰ ਲਈ, ਲੇਕਿਨ ਆਰ ਐਸ ਐਸ ਦੀ ਮੈਂਬਰਸ਼ਿਪ ਵੀ ਨਹੀਂ ਸੀ ਛੱਡੀ। ਉਦੋਂ ਫਿਰ ਇਸ ਗੱਲ ਦਾ ਸੈਕੂਲਰ ਜਿਹੜੀ ਸੋਚ ਵਾਲੇ ਬੰਦੇ ਸੀ ਜਨਤਾ ਪਾਰਟੀ ਦੇ, ਉਹਨਾਂ ਨੇ ਕਿਹਾ ਕਿ ਦੂਰੀ ਮੈਂਬਰਸ਼ਿਪ ਨਹੀਂ ਹੋਣੀ ਚਾਹੀਦੀ, ਇੱਕ ਤਰਫਾ ਮੈਂਬਰਸ਼ਿਪ ਹੋਣੀ ਚਾਹੀਦੀ ਹੈ, ਚਾਹੇ ਤੁਸੀਂ ਆਰ ਐਸ ਐਸ ਵਾਲੇ ਪਾਸੇ ਚਲੇ ਜਾਓ ਤੇ ਚਾਹੇ ਤੁਸੀਂ ਜਨਤਾ ਪਾਰਟੀ ਆਏ। ਮੁਰਾਰਜੀ ਦੇਸਾਈ ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਸੀ, ਇਸ ਗੱਲ ਦੇ ਉੱਤੇ ਕਲੇਸ਼ ਪੈ ਗਿਆ ਇਹਨਾਂ ਦਾ, ਕਲੇਸ਼ ਪੈਣ ਦੀ ਵਜ੍ਹਾ ਕਾਰਨ ਉਹ ਸਰਕਾਰ ਟੁੱਟ ਗਈ ਸੀ। ਔਰ 1980 ਦੇ ਵਿੱਚ ਫਿਰ ਜਿਹੜੀ ਦੁਬਾਰਾ ਚੋਣ ਹੁੰਦੀ ਹੈ, 1980 ਦੀ ਚੋਣ ਦੇ ਵਿੱਚ ਫਿਰ ਇੰਦਰਾ ਗਾਂਧੀ ਜਿਹੜੀ ਬੜੀ ਪਾਵਰ ਦੇ ਨਾਲ ਉਹਦੀ ਵਾਪਸੀ ਹੋਈ ਸੀ, ਸੱਤਾ ਦੇ ਵਿੱਚ ਆਈ ਸੀ। ਸੋ ਕਰਨਾਟਕ ਦੀ ਹਿਸਟਰੀ ਹੈ ਕਿ ਕਰਨਾਟਕ ਦਾ ਰੁਝਾਨ ਕਾਂਗਰਸ ਪਾਰਟੀ ਵਾਲੇ ਪਾਸੇ ਰਿਹਾ। ਇਸੇ ਤਰ੍ਹਾਂ ਤੁਸੀਂ ਦੇਖਿਆ ਹੋਇਆ ਇੱਕ ਵਾਰੀ ਸੋਨੀਆ ਗਾਂਧੀ ਨੇ ਵੀ ਕਰਨਾਟਕਾ ਤੋਂ ਚੋਣ ਲੜੀ ਸੀ, ਔਰ ਸੋਨੀਆ ਗਾਂਧੀ ਦੇ ਮੁਕਾਬਲੇ ਦੇ ਉੱਤੇ ਭਾਰਤੀ ਜਨਤਾ ਪਾਰਟੀ ਨੇ ਸਾਡੀ ਮੌਜੂਦਾ ਵਿਦੇਸ਼ ਮੰਤਰੀ ਬੀਬੀ ਸੁਸ਼ਮਾ ਸਵਰਾਜ ਨੂੰ ਲੜਾਇਆ ਸੀ। ਤੇ ਸੁਸ਼ਮਾ ਸਵਰਾਜ ਨੇ ਜਾ ਕੇ ਜਦੋਂ ਉੱਥੇ ਚੋਣ ਲੜੀ ਸੀ, ਉਦੋਂ ਸੁਸ਼ਮਾ ਸਵਰਾਜ ਆਪਣੇ ਸਾਰੇ ਭਾਸ਼ਣ ਜਿਹੜੇ ਉਹ ਹਿੰਦੀ ਜਾਂ ਅੰਗਰੇਜ਼ੀ ਚ ਨਹੀਂ ਸੀ ਕਰਦੀ, ਸਗੋਂ ਉਹ ਕਰਨਾਟਕਾ ਦੀ ਬੋਲੀ ਦੇ ਵਿੱਚ, ਕੰਨੜ ਬੋਲੀ ਦੇ ਜੋ ਵੀ ਉਹਨਾਂ ਦੀ ਬੋਲੀ ਹੈ, ਉਸ ਬੋਲੀ ਦੇ ਵਿੱਚ ਭਾਸ਼ਣ ਕਰਦੀ ਹੁੰਦੀ ਸੀ। ਜੇ ਮੈਂ ਰੈਡੀ ਬ੍ਰਦਰਸ ਦੀ ਮੈਂ ਗੱਲ ਕੀਤੀ ਹੈ, ਇਹ ਰੈਡੀ ਬ੍ਰਦਰਸ ਉਸ ਵੇਲੇ ਬੀਬੀ ਸੁਸ਼ਮਾ ਸਵਰਾਜ ਦੇ ਕੰਟੈਕਟ ਵਿੱਚ ਆਏ ਸੀ, ਔਰ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਐਡਾ ਵੱਡਾ ਉਹਦਾ ਸਾਮਰਾਜ ਬਣਾਇਆ, ਭਾਰਤੀ ਜਨਤਾ ਪਾਰਟੀ ਦੇ ਅੰਦਰ ਵੀ ਇਸ ਗੱਲ ਦੇ ਉੱਤੇ ਰੌਲਾ ਪਿਆ ਸੀ ਕਿ ਸੁਸ਼ਮਾ ਸਵਰਾਜ ਦੀ ਰਾਜਨੀਤਿਕ ਸਰਪ੍ਰਸਤੀ ਉਹਨਾਂ ਨੂੰ। ਉਦੋਂ ਸੁਸ਼ਮਾ ਸਵਰਾਜ ਨੇ ਇਹ ਵੀ ਐਲਾਨ ਕਰਤਾ ਸੀ ਕਿ ਜੇ ਸੋਨੀਆ ਗਾਂਧੀ ਜਿੱਤ ਗਈ ਤਾਂ ਮੈਂ ਆਪਣਾ ਸਿਰ ਮਨਾ ਦੂੰਗੀ ਤੇ ਮੈਂ ਰੋਟੀ ਦੀ ਬਜਾਏ ਛੋਲੇ ਖਾਇਆ ਕਰੂੰਗੀ। ਇਸ ਕਿਸਮ ਦੀਆਂ ਬੜੇ ਅਡੰਬਰਬਾਜ਼ੀ ਤੇ ਬਣੇ ਹੋਏ ਸੀ। ਲੇਕਿਨ ਸੋਨੀਆ ਗਾਂਧੀ ਵੀ ਉੱਥੋਂ ਜਿੱਤੀ ਤੇ ਸੋਨੀਆ ਗਾਂਧੀ ਦੇ ਜਿੱਤਣ ਦੇ ਨਾਲ ਫਿਰ ਦੁਬਾਰਾ ਤੁਸੀਂ ਦੇਖਿਆ ਹੋਣਾ ਕਾਂਗਰਸ ਪਾਰਟੀ ਦੀ ਮੁੜ ਸੁਰਜੀਤੀ ਹੋਈ। 2004 ਦੇ ਵਿੱਚ ਕਾਂਗਰਸ ਦੀ ਅਗਵਾਈ ਹੇਠ UPA 1 ਬਣਿਆ ਤੇ ਉਹ UPA 1 ਦੀ ਸਰਕਾਰ ਬਣੀ, ਜਿਹੜੀ ਸਰਕਾਰ 10 ਸਾਲ ਚੱਲੀ ਸੀ ਡਾਕਟਰ ਮਨਮੋਹਨ ਸਿੰਘ ਦੀ, ਪਹਿਲਾਂ 2004 ਦੇ ਵਿੱਚ ਤੇ ਫਿਰ 2009 ਚ, 2014 ਦੇ ਵਿੱਚ ਜਾ ਕੇ ਫਿਰ ਜਿਹੜੀ
ਇਹ ਆਪਾਂ ਨੂੰ ਪਤਾ ਹੀ ਹੈ ਵੀ ਜਿਹੜੀ ਇਹ ਸਰਕਾਰ ਬਣੀ ਉਦੋਂ ਅੰਨਾ ਹਜ਼ਾਰੇ ਦੀ ਅਗਵਾਈ ਹੇਠ ਇੱਕ ਅੰਦੋਲਨ ਚੱਲਿਆ ਸੀ ਕੰਪੇਨ ਅਗੇਂਸਟ ਕਰਪਸ਼ਨ। ਲੇਕਿਨ ਕੰਪੇਨ ਅਗੇਂਸਟ ਕਰਪਸ਼ਨ ਜਿਹੜੀ ਸੀ ਉਹ ਬਣ ਕੇ ਰਹਿ ਗਈ ਸੀ ਕੰਪੇਨ ਅਗੇਂਸਟ ਕਾਂਗਰਸ, ਔਰ ਇਹਦਾ ਜਿਹੜਾ ਹੈਡਕੁਆਟਰ ਸੀ ਇਸ ਕੰਪੇਨ ਦਾ ਜਿਹੜੀ ਚੱਲਦੀ ਹੁੰਦੀ ਸੀ ਅੰਨਾ ਹਜ਼ਾਰੇ ਵਾਲੀ ਦਾ, ਇਹ ਹੈਡਕੁਆਟਰ ਦਾ ਹੁੰਦਾ ਸੀ ਵਿਨੋਬਾ ਭਾਵੇ ਫਾਊਂਡੇਸ਼ਨ। ਵਿਨੋਬਾ ਭਾਵੇ ਫਾਊਂਡੇਸ਼ਨ ਦੇ ਵਿੱਚ ਕਾਂਗਰਸ ਪਾਰਟੀ ਦੇ ਉਲਟ ਜਿਹੜੀ ਭਾਰਤੀ ਜਨਤਾ ਪਾਰਟੀ ਇਹਦਾ ਥਿੰਕ ਟੈਂਕ ਸਾਰਾ ਹੀ ਇੱਥੇ ਬੈਠਦਾ ਹੁੰਦਾ ਸੀ। ਸਾਡੇ ਦੇਸ਼ ਦੇ ਜਿਹੜੇ ਮੌਜੂਦਾ ਸਿਕਿਉਰਿਟੀ ਐਡਵਾਈਜ਼ਰ ਹੈ ਪ੍ਰਧਾਨ ਮੰਤਰੀ ਸਾਹਿਬ ਦੇ ਅਜੀਤ ਡੋਵਾਲ, ਇਹ ਵੀ ਉੱਥੇ ਬਹਿੰਦੇ ਹੁੰਦੇ ਸੀ। ਉਹਦੇ ਵਿੱਚ ਫਿਰ ਇੱਕ ਮੁਹਿੰਮ ਚੱਲੀ ਜਿਹੜੀ ਕਰਪਸ਼ਨ ਦੇ ਖਿਲਾਫ਼ ਜਿਹੜੀ ਮੁਹਿੰਮ ਸੀ ਉਹ ਕਾਂਗਰਸ ਦੇ ਖਿਲਾਫ਼ ਚਲੀ ਗਈ, ਤੇ ਜਿਹੜੇ ਬੰਦੇ ਉਸ ਮੂਵਮੈਂਟ ਨਾਲ ਜੁੜੇ ਹੋਏ ਸੀ ਤੁਸੀਂ ਦੇਖਿਆ ਉਹਨਾਂ ਫਿਰ ਕੱਲੇ ਕੱਲੇ ਆ ਕੇ ਸਾਰੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਆ ਗਏ ਸੀ। ਜਨਰਲ ਪੀ ਕੇ ਸਿੰਘ ਉਹ ਵੀ ਐਮ ਪੀ ਬਣੇ, ਸਟੇਟ ਮਿਨਿਸਟਰ ਬਣ ਗਏ ਫੋਰਨ ਅਫੇਅਰਸ ਦੇ। ਇਹਨੇ ਜਿਵੇਂ ਬੀਬੀ ਕਿਰਨ ਬੇਦੀ ਸੀ ਪਹਿਲਾਂ ਦਿੱਲੀ ਦੇ ਵਿੱਚ ਉਹਨੂੰ ਮੁੱਖ ਮੰਤਰੀ ਦੀ ਉਮੀਦਵਾਰ ਬਣਾ ਕੇ ਉਤਾਰਿਆ ਗਿਆ, ਤੇ ਬਾਅਦ ਦੇ ਵਿੱਚ ਫਿਰ ਉਹਨੂੰ ਪੋਂਡੀਚੇਰੀ ਦੀ ਹੁੰਦੀ ਹੈ ਗਵਰਨਰ ਦਵਾਰਾ। ਸੋ ਸਰਕਾਰ ਭਾਵੇਂ ਬਣਾਉਣ ਦੇ ਵਿੱਚ ਕਾਮਯਾਬ ਹੋ ਗਏ ਸੀ, ਲੇਕਿਨ ਇਸ ਗੱਲ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ ਕਿ ਕਾਂਗਰਸ ਪਾਰਟੀ ਦੀ ਮੁੜ ਸੁਰਜੀਤੀ ਜਿਹੜੀ ਉਹ ਕਰਨਾਟਕਾ ਦੇ ਵਿੱਚ ਹੋਈ ਸੀ, ਤੇ ਹੁਣ ਜਿਸ ਕਿਸਮ ਦੇ ਹਾਲਾਤ ਬਣ ਗਏ ਹੈ ਇਹਨਾਂ ਹਾਲਾਤਾਂ ਤੋਂ ਮੈਨੂੰ ਇਉਂ ਲੱਗਦਾ ਹੈ ਸੁਖਮੈਰ ਜੀ ਕਿ ਅਗਰ ਕਾਂਗਰਸ ਪਾਰਟੀ ਰਿਪੀਟ ਕਰ ਗਈ ਤਾਂ ਫਿਰ ਇਹ ਸਮਝ ਲਓ ਵੀ ਭਾਰਤੀ ਜਨਤਾ ਪਾਰਟੀ ਦੇ ਤੰਬੂ ਕੱਟੇ ਗਏ, ਕਿਉਂਕਿ ਕਰਨਾਟਕਾ ਤੋਂ ਤੁਰੰਤ ਬਾਅਦ ਜਿਹੜੀਆਂ ਚੋਣਾਂ ਆ ਰਹੀਆਂ ਉਹ ਰਾਜਸਥਾਨ ਦੀਆਂ, ਮੱਧ ਪ੍ਰਦੇਸ਼ ਦੀਆਂ, ਛੱਤੀਸਗੜ੍ਹ ਦੀਆਂ ਚੋਣਾਂ ਆ ਰਹੀਆਂ। ਇਹ ਰਾਜ ਉਹ ਹੈ ਜਿਹਨਾਂ ਰਾਜਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਹਕੂਮਤਾਂ, ਔਰ ਇਹਨਾਂ ਹਕੂਮਤਾਂ ਤੋਂ ਲੋਕਾਂ ਦਾ ਮੋਹ ਲਗਭਗ ਭੰਗ ਹੋ ਚੁੱਕਿਆ। ਮੱਧ ਪ੍ਰਦੇਸ਼ ਦੇ ਵਿੱਚ ਸ਼ਿਵਰਾਜ ਸਿੰਘ ਚੌਹਾਨ ਦੀ ਹਾਲਤ ਆਪਾਂ ਦੇਖ ਲਈਏ, ਪਿੱਛੇ ਜਿੰਨੀ ਚੋਣਾਂ ਹੋ ਕੇ ਹਟ ਗਈਆਂ ਉਹਨਾਂ ਜਿੰਨੀ ਚੋਣਾਂ ਦੇ ਵਿੱਚ ਬੁਰਾ ਹਾਲ ਹੋ ਗਿਆ ਸੀਗਾ ਭਾਰਤੀ ਜਨਤਾ ਪਾਰਟੀ ਦਾ। ਰਾਜਸਥਾਨ ਦੇ ਵਿੱਚ ਦੋ ਜਿੰਨੀ ਚੋਣਾਂ ਹੋਈਆਂ ਸੀਗੀਆਂ, ਅਜਮੇਰ ਤੇ ਇੱਕ ਹੋਰ ਹੈ ਮੇਰੇ ਖਿਆਲ ਦੂਸਰੀ ਇੱਕ ਹੋਰ ਹੈ ਮੇਰੇ ਮਾਰਚ ਨੇ, ਕਿਉਂਕਿ ਦੋ ਜਿੰਨੀ ਚੋਣਾਂ ਹੋਈਆਂ ਸੀ ਲੋਕ ਸਭਾ ਦੀਆਂ, ਔਰ ਉਹਨੇ ਜਿੰਨੀ ਚੋਣਾਂ ਭਾਰਤੀ ਜਨਤਾ ਪਾਰਟੀ ਹਾਰ ਗਈ ਸੀ ਉੱਥੇ ਕਾਂਗਰਸ ਪਾਰਟੀ ਜਿੱਤ ਗਈ। ਹੁਣ ਇਹਦਾ ਅਗਲਾ ਪੜਾਅ ਜਿਹੜਾ ਤੁਸੀਂ ਹੁੰਦਾ ਤੁਸੀਂ ਦੇਖਿਆ ਹੋਣਾ ਕਿ ਇਸ ਕੰਪੇਨ ਨੂੰ ਲੈ ਕੇ ਪੂਰੇ ਜ਼ੋਰ ਸ਼ੋਰ ਦੇ ਨਾਲ ਦੋਨੇ ਧਿਰਾਂ ਲੱਗੀਆਂ ਹੋਈਆਂ। ਕੁਛ ਦਿਨ ਪਹਿਲਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਕਰਨਾਟਕਾ ਦੇ ਵਿੱਚ ਇਹ ਬਿਆਨ ਦਿੱਤਾ ਸੀ ਕਿ ਮੈਨੂੰ ਜੇ ਕਿਤੇ 15 ਮਿੰਟ ਬੋਲਣ ਦਾ ਮੌਕਾ ਮਿਲਦੇ ਪਾਰਲੀਮੈਂਟ ਦੇ ਵਿੱਚ ਤੇ ਮੈਂ ਕੁਝ ਅਜਿਹੇ ਮੁੱਦੇ ਉਠਾਊਂਗਾ ਜਿਹਨਾਂ ਮੁੱਦਿਆਂ ਦੀ ਬਦੌਲਤ ਪ੍ਰਧਾਨ ਮੰਤਰੀ ਦੇ ਕੋਲ ਕੋਈ ਜਵਾਬ ਨਹੀਂ ਹੋਣਾ ਤੇ ਪ੍ਰਧਾਨ ਮੰਤਰੀ ਪਾਰਲੀਮੈਂਟ ਚ ਛੱਡ ਕੇ ਚਲੇ ਜਾਣਗੇ। ਉਹ ਮੁੱਦੇ ਜਿਹੜੇ ਉਹਨੇ ਕਹੇ ਸੀ ਉਹਨਾਂ ਮੁੱਦਿਆਂ ਦੇ ਵਿੱਚ ਉਹਨਾਂ ਨੇ ਦੋ ਮੁੱਦਿਆਂ ਦੀ ਗੱਲ ਕੀਤੀ ਸੀ, ਇੱਕ ਰਫੇਲ ਹੈਲੀਕਾਪਟਰਾਂ ਦਾ ਸੌਦਾ, ਹਜ਼ਾਰਾਂ ਕਰੋੜ ਰੁਪਏ ਦਾ ਸੌਦਾ ਹੈ। ਕਾਂਗਰਸ ਪਾਰਟੀ ਦਾ ਇਲਜ਼ਾਮ ਹੈ ਕਿ ਇਹਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਹੈਗੀ ਹੈ ਕਰਪਸ਼ਨ ਹੋਈ ਹੈ, ਕਮਿਸ਼ਨ ਲਿਆ, ਔਰ ਕਮਿਸ਼ਨ ਤੁਹਾਨੂੰ ਪਤਾ ਵੀ ਜਿਹਦੇ ਡਿਫੈਂਸ ਦੇ ਸੌਦੇ ਹੈ, ਡਿਫੈਂਸ ਦੇ ਸੌਦਿਆਂ ਦੇ ਵਿੱਚ ਕਮਿਸ਼ਨ ਦਾ ਜਿਹੜਾ ਚੱਲਣਾ ਹੈ ਉਹ ਕੋਈ ਅੱਜ ਦਾ ਨਹੀਂ ਬਹੁਤ ਪੁਰਾਣੇ। ਤੇ ਦੂਸਰਾ ਉਹਨਾਂ ਨੇ ਕਿਹਾ ਸੀਗਾ ਕਿ ਬੈਂਕਿੰਗ ਘੁਟਾਲਾ, ਬੈਂਕਿੰਗ ਘੁਟਾਲੇ ਜਿਸ ਸੰਬੰਧ ਵਿੱਚ ਜਿਵੇਂ ਨੀਰਵ ਮੋਦੀ ਹੋ ਗਿਆ, ਮੋਹਨ ਭਾਈ ਜਿਵੇਂ ਤੁਹਾਡੇ ਕੁਝ ਹੋਰ ਬੰਦੇ ਹੈ ਉਹਨਾਂ ਨੇ ਬੈਂਕਿੰਗ ਘੁਟਾਲਾ ਚੱਕ ਕੇ ਜਿਵੇਂ ਦੇਸ਼ ਦੇ ਵਿੱਚੋਂ ਭੱਜੇ ਹੋਏ ਹੈ, ਉਸ ਮਾਮਲੇ ਉੱਤੇ ਕਿਹਾ ਸੀ ਕਿ ਜੇ ਮੈਨੂੰ 15 ਮਿੰਟ ਬੋਲਣ ਦਾ ਮੌਕਾ ਮਿਲੇ ਪ੍ਰਧਾਨ ਮੰਤਰੀ ਮੇਰਾ ਸਾਹਮਣਾ ਨਹੀਂ ਕਰ ਸਕਣਗੇ, ਭੱਜ ਜਾਣਗੇ, ਕਿਉਂਕਿ 15 ਮਿੰਟ ਬੋਲਣ ਤੋਂ ਤਾਂ ਵੈਸੇ ਕੋਈ ਰੋਕ ਨਹੀਂ ਸਕਦਾ, ਰੋਕ ਬੋਲ ਸਕਦਾ ਸੀ, ਲੇਕਿਨ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਪਿਛਲਾ ਪਾਰਲੀਮੈਂਟ ਦਾ ਸੈਸ਼ਨ ਸੀ ਉਹ ਸੈਸ਼ਨ ਰੋਲ ਘਚੋਲੇ ਦੀ ਭੇਟਾ ਚੜ ਗਿਆ ਸੀ, ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਰੌਲਾ ਰੱਪਾ ਪੈਂਦਾ ਰਿਹਾ ਸੀ। ਸੈਸ਼ਨ ਦੇ ਵਿੱਚ ਜੋ ਕੰਮ ਹੋਣਾ ਚਾਹੀਦਾ ਸੀ ਨਹੀਂ ਹੋਇਆ, ਪੋਲੀਟੀਕਲ ਲੀਡਰਾਂ ਨੂੰ ਪਾਰਲੀਮੈਂਟ ਦੇ ਮੈਂਬਰ ਹੈ ਜਿਹੜੇ ਆਗੂ ਸੀ ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਸੀ ਮਿਲਿਆ। ਉਦੋਂ ਜਿਹੜੇ ਉਹਨੇ ਮੁੱਦੇ ਉਠਾਏ ਸੀ ਉਹਨਾਂ ਮੁੱਦਿਆਂ ਦਾ ਪ੍ਰਧਾਨ ਮੰਤਰੀ ਨੇ ਕੋਈ ਜਵਾਬ ਨਹੀਂ ਦਿੱਤਾ ਸੀ, ਲੇਕਿਨ ਹੁਣ ਪ੍ਰਧਾਨ ਮੰਤਰੀ ਸਾਹਿਬ ਜਦੋਂ ਗਏ ਹੈ ਕਰਨਾਟਕਾ ਦੇ ਵਿੱਚ ਤੇ ਕਰਨਾਟਕਾ ਦੇ ਵਿੱਚ ਜਾ ਕੇ ਕੱਲ ਉਹਨਾਂ ਨੇ ਜਿਹੜਾ ਸਭ ਤੋਂ ਮਹੱਤਵਪੂਰਨ ਬਿਆਨ ਦਿੱਤਾ, ਜਿਸ ਬਿਆਨ ਨੂੰ ਸਾਡੇ ਮੀਡੀਆ ਨੇ ਬਹੁਤ ਜ਼ਿਆਦਾ ਚੱਕਿਆ ਹੋਇਆ, ਟੈਲੀਵਿਜ਼ਨ ਚੈਨਲਾਂ ਦੇ ਉੱਤੇ ਤੁਸੀਂ ਦੇਖਿਆ ਉਹਨਾਂ ਡਿਬੇਟ ਚੱਲ ਰਹੀ ਹੈ ਕਿ ਪ੍ਰਧਾਨ ਮੰਤਰੀ ਨੇ ਕੀ ਕਿਹਾ ਤੇ ਰਾਹੁਲ ਨੇ ਕੀ ਕਿਹਾ, ਪ੍ਰਧਾਨ ਮੰਤਰੀ ਕੀ ਕਹਿੰਦੇ ਹੈ। ਪ੍ਰਧਾਨ ਮੰਤਰੀ ਕਹਿੰਦੇ ਹੈ ਕਿ ਰਾਹੁਲ ਇਹ ਗੱਲ ਕਹਿੰਦਾ ਕਿ ਜੇ ਮੈਂ 15 ਮਿੰਟ ਬੋਲ ਗਿਆ ਤਾਂ ਪ੍ਰਧਾਨ ਮੰਤਰੀ ਮੇਰੇ ਸਾਹਮਣੇ ਨਹੀਂ ਟਿਕ ਸਕਣਗੇ, ਮੋਦੀ ਜੀ ਕਹਿੰਦੇ ਹੈ, ਤੇ ਨਾਲ ਪ੍ਰਧਾਨ ਮੰਤਰੀ ਜੀ ਪਤਾ ਕੀ ਕਹਿੰਦੇ ਹੈ, ਪ੍ਰਧਾਨ ਮੰਤਰੀ ਜੀ ਕਹਿੰਦੇ ਹੈ
कि मैं तो कामदार काम करने वाला, मैं नामदार नहीं हूं। वो कहते भी कामदार काम करने वाले बंदे तो नामदारा के मूहे बैठ ही नहीं सकते। असी तो कहते भी नामदारा तो बहुत अके हुए हैं, नामदारा ने सानू बहुत लुटिया हुआ है, नामदारा ने सानू बैठ नहीं दिता। इस करके मैं उसके सामने की बोलना सी, पर नाल दूजी गल भी कह गया, कहिंदा राहुल गांधी 15 मिनट कहिंदा भी पार्लीमेंट च बोलना सी। जे राहुल गांधी 15 मिनट बगैर लिखे तो बोल दे कहिंदा मैं फिर बंदे बल्ले कह सकदा उहदी नाल। अगली गल कह गया कि किसी भी भाषा च बोल सकदा, वह अंग्रेजी च बोल सकदा है, वह हिंदी च बोल सकदा है, ते नाल एक टकोर कर गया उहदी मां दे विदेशी मूल नूं लैके, कहिंदा वह अपनी मां दी बोली इटैलियन भी बोल सकता है पर बोल के ना दिखावे 15 मिनट। इसी वक्त नहीं नाल प्रधानमंत्री यह गल कहता है कि 5 बारी बिस्मसरिया बोल के दिखा देता, कहना मैं फिर भी मन जूगा। मतलब इस किस्म की गल्लां बातां जो प्रधानमंत्री कहता है तो मैं की करूं। अगे प्रधानमंत्री साहब कहते हैं, कहते असी तो कामदार बंदे हाँ, असी नामदार बंद सामने चंगे कपड़े भी नहीं पा सकते। जो उन्होंने ये गल कही तो ये उल्ट कांग्रेस पार्टी का जरा IT सैल है वो एक आगू ने एक तस्वीर पाई है जैक की सोशल मीडिया के उत्ते, उन्हें दसिया कि तस्वीर है जी 17,000 की है जी जैक पाई हुई है प्रधानमंत्री साहब ने। तो प्रधानमंत्री साहब ने एक सूट पाया सी, वह सूट भी थोड़ा पता नहीं कई लखा रुपये का सूट से जिसे कहते सोने दी तारा पाई हुई है, तो फिर बाद नीलाम हो लखा का नहीं करोड़ा रुपए नीलाम हो। सो इस किस्म की तुम देखो कि देश की जी है सियासत को लैके मुद्दा लैके जो मामला होना चाहिए कि निवान तक गल आ गई कि किस किस्म के इल्जाम लग रहे हैं, इल्जाम काउंटर इल्जाम ला के किमें मनफी किया जा रहा है। सवाल यह है कि प्राइम मिनिस्टर तो जो गल् पूछी गई कि रफेल के सौदेबाजी नहीं हुई, वह जवाब देना प्राइम मिनिस्टर ने मुनासिब समझा। फिर प्राइम मिनिस्टर साहब ने पूछा गया बैंकिंग घुटाले के मामले कि एडा वा बैंकिंग घुटाला होया, प्रधानमंत्री साहब नहीं बोले। प्रधानमंत्री साहब देश के दे जो दलतों के उत्ते अत्याचार हो रहे हैं, नाबालिग बच्चियों के अत्याचार उत्ते अत्याचार हो रहे हैं, उस संबंध में देश भर के प्रोटेस्ट हो रहे हैं, देश भर के मुजाहरे हो रहे हैं, मुजाहरिया वाले लोग कह रहे हैं कि प्रधानमंत्री अपनी जबान क्यों नहीं खोलता, उन्होंने जबान खोलनी चाहिए। लेकिन जबान खोलने की बजाय कर्नाटका की चोन प्रचार का पद्धर है करना चोन प्रचार है, लेकिन प्रचार का पद्धर इना नीवा आ गया यह साडे सामने है। तो मैं कह सकता यदि कर्नाटक की इलैक्शन है, कर्नाटक की इलैक्शन भारत का एक नवा इतिहास सिरजना जारी है। जे तक कर्नाटक की इलैक्शन कांग्रेस रिपीट कर गई जिम्मे मैं पहला भी किया, फिर तो समझो BJP के तंबू पट्टे गए, तो नरेंद्र मोदी साहब होनी बीते दिन खबर बन के रह जाएंगे। अगर उसे भारतीय जनता पार्टी अपना दा ला जाती है, इलेक्शन जीत जाती है, तो फिर हालात जो है थोड़े सुखावे हो सकते हैं। हाँ एक तीजी जी जनता दल सैकूलर वाली है जी एस आई भी उ चंकी पाव रखती है, कुछ तो देवगौड़ा साहब का आभा असर है, तो नाल उसे बीबी मायावती की जी बसपा है उसका समझौता भी इन्होंने हो गया, वह भी कुछ सीटा उसे ले जा सकते हैं। यह भी कुछ जो पोलिटिकल जो विश्लेषक है उन्होंने ये कहना है कि कांटे की इस टक्कर के बच्चों शायद वह तीजी धर जी है इनिया सीटा लै जाए कि बैलेंस पावर उन्होंने हथ आ जाए सरकार की भी बनाई। इतने मैं थोड़ा थोड़ा जो तुम यही दस दें कि जनता दल जी फुट पई थी, जनता दल यू जनता दल जो एस बने, इसका वड्डा कारण भी भारतीय जनता पार्टी को लेकर ही फुट पई थी, क्योंकि नीतीश कुमार होर शरद यादव होर जो जनता दल है, इस जनता दल ने जो भारतीय जनता पार्टी ने समझौता किया उस वे ने विरोध किया देवगौड़ा साहब ने, तो उदो फिर पार्टी टुट गई थी, इस पार्टी दो तो पार्टियां बन गई सी। लेकिन उस बाद एक टाइम यह भी आया शायद उदो भी चोणा होंगे सी विधानसभा दिया किसी भी धर के को स्पष्ट बहुमत नहीं आया, उस वे कुमारा स्वामी जिसे देवगौड़ा साहब का बेटा है उन्हें समझौता कर लिया भारतीय जनता पार्टी का कांग्रेस पार्टी बेदखल करता। हुण भी हालात यह बनते हैं
ਇਹ ਬੜੇ ਘੱਟ ਕੁਸ਼ਚਨ ਦੇ ਕੀ ਦੇ ਸਰ ਮੈਂ ਤੁਸੀਂ ਵੀ ਦੇਖਿਆ ਹੋਣਾ ਵੀ ਪਿਛਲੇ ਦਿਨੀ ਐਨ ਡੀ ਟੀਵੀ ਦੇ ਜਿਹੜੇ ਟੀਮ ਹੈ ਉਹ ਕਰਨਾਟਕ ਦਾ ਦੌਰਾ ਕਰ ਰਹੀ ਹੈ ਤੇ ਲਗਭਗ ਸਾਰੇ ਹੀ ਵੱਡੇ ਲੀਡਰਾਂ ਨੂੰ ਮਿਲਦੀ ਆ ਰਹੀ ਹੈ। ਐਨ ਡੀ ਟੀਵੀ ਦੀ ਟੀਮ ਨੇ ਦੇਵ ਗੌੜਾ ਸਾਹਿਬ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੀ ਸਮਝਦੇ ਜੇ ਤੁਹਾਡੇ ਕੋਲ ਬੈਲੈਂਸ ਪਾਵਰ ਆ ਗਈ ਕੀ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਜਾਓਗੇ ਤੇ ਉਹਨਾਂ ਨੇ ਬੜਾ ਸਾਫ਼ ਤੇ ਸਪਸ਼ਟ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਰਗੀ ਕਮਿਊਨਲ ਪਾਰਟੀ ਦੇ ਨਾਲ ਮੇਰਾ ਜਾਣਾ ਮੁਸ਼ਕਿਲ ਹੈ ਅਸੀਂ ਨਹੀਂ ਜਾ ਸਕਦੇ। ਫਿਰ ਦੂਜਾ ਸਵਾਲ ਪੁੱਛਿਆ ਸੀ ਉਹਨਾਂ ਨੇ ਐਨ ਡੀ ਟੀਵੀ ਵਾਲਿਆਂ ਨੇ ਕਿ ਕੀ ਤੁਹਾਡਾ ਬੇਟਾ ਭਾਰਤੀ ਜਨਤਾ ਪਾਰਟੀ ਨਾਲ ਜੇ ਸਮਝੌਤਾ ਕਰੇ ਤੁਸੀਂ ਉਹਨੂੰ ਪ੍ਰਵਾਨ ਕਰੋਗੇ ਤੇ ਉਹਨਾਂ ਨੇ ਕਿਹਾ ਸੀ ਹਰ ਕਿਸੇ ਨਹੀਂ ਮੈਂ ਕਿਸੇ ਵੀ ਕੀਮਤ ਤੇ ਪ੍ਰਵਾਨ ਨਹੀਂ ਕਰ ਸਕਦਾ ਅਗਰ ਮੇਰੀ ਬਿੱਲ ਦੇ ਉਲਟ ਮੇਰੇ ਬੇਟੇ ਨੇ ਸਮਝੌਤਾ ਕੀਤਾ ਤਾਂ ਉਹ ਕਹਿੰਦੇ ਮੈਂ ਆਪਣੇ ਬੇਟੇ ਨੂੰ ਦਿਸ ਆਉਂ ਕਰ ਦੂੰਗਾ ਮੈਂ ਉਹਦੇ ਨਾਲ ਸਭ ਹਰ ਕਿਸਮ ਦਾ ਨਾਤਾ ਤੋੜ ਲੂੰਗਾ। ਇਹ ਤਾਂ ਲੱਗਦਾ ਇਹ ਹੈ ਕਿ ਸ਼ਾਇਦ ਜੇ ਮੈਂ ਕੋਈ ਬੈਲੈਂਸ ਪਾਵਰ ਵੀ ਆ ਗਈ ਤੇ ਕਿਸ ਤਰ੍ਹਾਂ ਦੇ ਨਾਲ ਜਾਣਾ ਹੈ ਇਸ ਮੁੱਦੇ ਨੂੰ ਲੈ ਕੇ ਜਨਤਾ ਦਲ ਸੈਕੂਲਰ ਹੈਗਾ ਉਹ ਵੀ ਤੋਂ ਫਾੜ ਹੋ ਸਕਦਾ ਹੈ। ਤੇ ਨਾਲ ਹੀ ਆਪਾਂ ਗੱਲ ਕਰ ਲਈਏ ਜੀ ਇੱਕ ਕਾਲਜ ਜਿਹਦਾ ਨਾਂ ਦਿਆਲ ਸਿੰਘ ਸੀਗਾ ਤੇ ਹੁਣ ਨਾਂ ਬਦਲ ਕੇ ਕਹਿੰਦੇ ਬੰਦੇ ਮਾਤਰਮ ਦਿਆਲ ਸਿੰਘ ਕਰ ਦਿੱਤਾ ਗਿਆ। ਸੋ ਬਿਲਕੁਲ ਕਦੇ ਦਿੱਲੀ ਪੰਜਾਬ ਦੇ ਨਾਲ ਇਹੋ ਜਿਹਾ ਅਕਸਰ ਹੀ ਕਰਦੀ ਰਹਿੰਦੀ ਹੈ। ਸੁਖਨੈਰ ਜੀ ਆਪਾਂ ਇਸ ਕਾਲਜ ਦੀ ਹਿਸਟਰੀ ਦੇ ਬਾਰੇ ਦੇਖੀਏ ਸਰਦਾਰ ਦਿਆਲ ਸਿੰਘ ਹੋਰਾਂ ਬਾਰੇ ਦੇਖੀਏ ਤਾਂ ਦਿਆਲ ਸਿੰਘ ਮਜੀਠੀਆ ਜਦੋਂ ਮਜੀਠੀਏ ਦਾ ਜ਼ਿਕਰ ਆਉਂਦਾ ਹੈ ਤੇ ਬਹੁਤ ਸਾਰੇ ਲੋਕਾਂ ਦੇ ਦਿਮਾਗ ਦੇ ਵਿੱਚ ਜਾਂਦੇ ਹੈ ਕਿ ਇੱਕ ਬਿਕਰਮ ਸਿੰਘ ਮਜੀਠੀਆ ਇੱਕ ਦਿਆਲ ਸਿੰਘ ਮਜੀਠੀਆ ਕਿਤੇ ਇਹ ਉਸ ਖਾਨਦਾਨ ਚੋਂ ਤਾਂ ਨਹੀਂ ਬਿਕਰਮ ਸਿੰਘ ਮਜੀਠੀਆ। ਇੱਥੇ ਮੈਂ ਆਪਣੇ ਸਰੋਤਿਆਂ ਨੂੰ ਥੋੜਾ ਜਿਹਾ ਸਪਸ਼ਟ ਕਰਨਾ ਚਾਹੁੰਦਾ ਕਿ ਬਿਕਰਮ ਸਿੰਘ ਮਜੀਠੀਆ ਦੇ ਜਿਹੜੇ ਹੋਰ ਫਾਦਰ ਹੈ ਜਿਹਨਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਸਰਦਾਰ ਸੁਰਜੀਤ ਸਿੰਘ ਮਜੀਠੀਆ ਸਰਦਾਰ ਸੁਰਜੀਤ ਸਿੰਘ ਮਜੀਠੀਆ ਬਿਕਰਮ ਸਿੰਘ ਮਜੀਠੀਆ ਦਾ ਦਾਦਾ ਸੀ ਔਰ ਉਹ ਬੰਦਾ ਜਿਹੜਾ ਹੈਗਾ ਭਾਰਤੀ ਜਦੋਂ ਆਜ਼ਾਦੀ ਦੀ ਲੜਾਈ ਚੱਲਦੀ ਸੀ ਉਸ ਵੇਲੇ ਉਸ ਖਾਨਦਾਨ ਦੀ ਜਿਹੜੀ ਹੈ ਲੋਇਲਟੀ ਉਹ ਮੁਕਤੀ ਦੀ ਆਜ਼ਾਦੀ ਨਾਲੋਂ ਜ਼ਿਆਦਾ ਅੰਗਰੇਜ਼ਾਂ ਦੀ ਰਹੀ ਸੀ। ਇਲਜ਼ਾਮ ਇਹ ਵੀ ਹੈ ਕਿ ਜਿਸ ਵੇਲੇ ਜਲ੍ਹਿਆਂਵਾਲੇ ਬਾਗ ਦੇ ਵਿੱਚ 1919 ਦੇ ਵਿੱਚ ਕਾਂਡ ਹੋਇਆ ਉਸ ਵੇਲੇ ਜਨਰਲ ਡਾਇਰ ਇਹਨਾਂ ਦੇ ਘਰੋਂ ਗਿਆ ਸੀ ਪਰ ਇਹਨਾਂ ਦੇ ਘਰਿਆਂ ਲੰਗਰ ਪਾਣੀ ਵੀ ਛਕਿਆ ਸੀ। ਪਰ ਜੇ ਬਸ ਦੂਜੇ ਪਾਸੇ ਆਪਾਂ ਦਿਆਲ ਸਿੰਘ ਬਾਰੇ ਸੋਚੀਏ ਤਾਂ ਸਰਦਾਰ ਦਿਆਲ ਸਿੰਘ ਮਜੀਠੀਆ ਉਹ ਸ਼ਖਸੀਅਤ ਹੈ ਜਿਹਨਾਂ ਨੂੰ ਬਹੁਤ ਵੱਡੇ ਅਸੀਂ ਕਹਿ ਸਕਦੇ ਹਾਂ ਸਮਾਜ ਸੁਧਾਰਕ ਕਿਹਾ ਗਿਆ। ਉਹਨਾਂ ਨੇ ਆਪਣੇ ਉਸ ਜ਼ਮਾਨੇ ਦੇ ਵਿੱਚ ਵਿੱਦਿਆ ਨੂੰ ਪ੍ਰਫੁੱਲਤ ਕਰਨ ਦੇ ਵਿੱਚ ਬੜੇ ਯਤਨ ਕੀਤੇ ਸੀ। ਅੱਜ ਵੀ ਲਾਹੌਰ ਦੇ ਵਿੱਚ ਇੱਕ ਕਾਲਜ ਹੈ ਜਿਹੜਾ ਸਰਦਾਰ ਦਿਆਲ ਸਿੰਘ ਦੇ ਨਾਂ ਨੂੰ ਸਮਰਪਿਤ ਹੈ ਦਿਆਲ ਸਿੰਘ ਕਾਲਜ ਹੈ ਉਹ ਬਰਕਰਾਰ ਹੈ ਉੱਥੇ ਉਹਦੀ ਹੋਂਦ ਨੂੰ ਕੋਈ ਖਤਰਾ ਨਹੀਂ ਹੋਇਆ। ਇੱਕ ਹੀ ਕਾਲਜ ਦਿੱਲੀ ਦਾ ਸੀ ਦਿਆਲ ਸਿੰਘ ਈਵਨਿੰਗ ਕਾਲਜ ਇਹ ਦਿੱਲੀ ਯੂਨੀਵਰਸਿਟੀ ਦੇ ਤਾਬੇ ਥੱਲੇ ਹੈ। ਉਂਝ ਵੀ ਜੇ ਆਪਾਂ ਦਿਆਲ ਸਿੰਘ ਹੋਰਾਂ ਦਾ ਦੇਖੀਏ ਤਾਂ ਦਿਆਲ ਸਿੰਘ ਹੋਏ ਉਹਨਾਂ ਨੂੰ ਇਹ ਮਾਣ ਹੈ ਕਿ ਉਹਨਾਂ ਨੇ ਪਹਿਲਾ ਅੰਗਰੇਜ਼ੀ ਦਾ ਅਖਬਾਰ ਦਾ ਟ੍ਰਿਬਿਊਨ ਇਹ ਲਾਹੌਰ ਤੋਂ ਸ਼ੁਰੂ ਕੀਤਾ ਸੀ ਔਰ ਉਸ ਜ਼ਮਾਨੇ ਦੇ ਜਿਹੜੇ ਅਖਬਾਰ ਸੀ ਦਾ ਹਿੰਦੂ ਅੱਜ ਵੀ ਚੱਲਦਾ ਹੈ ਅੰਮ੍ਰਿਤ ਦਾ ਬਾਜ਼ਾਰ ਅੰਮ੍ਰਿਤ ਬਾਜ਼ਾਰ ਪੱਤਰਿਕਾ ਇਹ ਵੀ ਚੱਲਦਾ ਹੈ ਇਹ ਜਿਹੜੇ ਸਾਡੇ ਵਾਲੇ ਪਾਸੇ ਟ੍ਰਿਬਿਊਨ ਇਹ ਅਖਬਾਰ ਉਹ ਸੀ ਜਿਹੜੇ ਅਖਬਾਰ ਜੰਗੇ ਆਜ਼ਾਦੀ ਨਾਲ ਸੰਬੰਧਿਤ ਖ਼ਬਰਾਂ ਨੂੰ ਲੋਕਾਂ ਨੂੰ ਪਹੁੰਚਦੇ ਹੁੰਦੇ ਸੀ ਲੋਕਾਂ ਨੂੰ ਦੱਸਦੇ ਹੁੰਦੇ ਸੀ। ਇੱਥੇ ਗੱਲ ਸੀ ਸਗੋਂ ਸਰਦਾਰ ਦਿਆਲ ਸਿੰਘ ਮਜੀਠੀਆ ਨੇ ਜਿਹੜੀ ਪਹਿਲੀ ਅਸੀਂ ਕਹਿ ਸਕਦੇ ਹਾਂ ਦੇਸੀ ਬੈਂਕ ਸਟਾਰਟ ਕੀਤੀ ਸੀ ਪੰਜਾਬ ਨੈਸ਼ਨਲ ਬੈਂਕ। ਪੰਜਾਬ ਨੈਸ਼ਨਲ ਬੈਂਕ ਦਾ ਸਵੇਰਾ ਭਾਵੇਂ ਬਹੁਤ ਸਾਰੇ ਲੋਕ ਇਸ ਗੱਲ ਦੇ ਹੁੰਦੇ ਆ ਕਿ ਲਾਲਾ ਲਾਜਪਤ ਰਾਏ ਉਹਨਾਂ ਨੇ ਉਹਨੂੰ ਬਣਾਇਆ ਸੀ ਲੇਕਿਨ ਜਿਹੜੀ ਮੋਢੀ ਹੈ ਮੋਢੀਆਂ ਦੇ ਵਿੱਚ ਦਿਆਲ ਸਿੰਘ ਹੋਣਾ ਦਾ ਵੀ ਨਾਂ ਸੀ ਦਿਆਲ ਸਿੰਘ ਮਜੀਠੀਆ ਹੋਣੀ ਉਹਨੂੰ ਬਣਾਉਣ ਵਾਲੇ ਚ ਪਹਿਲੇ ਮੁਖੀ ਵੀ ਦਿਆਲ ਸਿੰਘ ਮਜੀਠੀਆ ਬਣੇ ਹੋਏ ਸੀ। ਦਿਆਲ ਸਿੰਘ ਮਜੀਠੀਆ ਨੇ ਉਹਨਾਂ ਦੇ ਆਪਣੇ ਕੋਲ ਔਲਾਦ ਨਹੀਂ ਸੀਗੀ ਪਰ ਉਹਨਾਂ ਨੇ ਜਿਉਂਦੇ ਜੀ ਹੀ ਇੱਕ ਟਰੱਸਟ ਬਣਾਤਾ ਸੀ ਟ੍ਰਿਬਿਊਨ ਟਰੱਸਟ ਕਰੋੜਾਂ ਰੁਪਈਆ ਦੀ ਪ੍ਰਾਪਰਟੀ ਉਹਨਾਂ ਨੇ ਉਸ ਟਰੱਸਟ ਤੇ ਨਾ ਕਰਤੀ ਸੀ ਤੇ ਉਹ ਟਰੱਸਟ ਅੱਜ ਜਿਹੜੇ ਹੈਗੇ ਤੁਸੀਂ ਦੇਖਿਆ ਉਹਨਾਂ ਦੇ ਆਪਣੇ ਤਿੰਨ ਅਖਬਾਰ ਚੱਲਦੇ ਆ ਅੰਗਰੇਜ਼ੀ ਟ੍ਰਿਬਿਊਨ ਦਾ ਟ੍ਰਿਬਿਊਨ ਕਹਿੰਦੇ ਆ ਪੰਜਾਬੀ ਟ੍ਰਿਬਿਊਨ ਦੈਨਿਕ ਟ੍ਰਿਬਿਊਨ ਇਹ ਸਾਰੇ ਦੇ ਸਾਰੇ ਉਹਨਾਂ ਦੀ ਜੇਲ੍ਹ ਹੈ। ਸੋ ਜਿਸ ਬੰਦੇ ਨੇ ਐਜੂਕੇਸ਼ਨ ਦੀ ਖਾਤਰ ਇੰਨਾ ਕੁਛ ਕੀਤਾ ਹੋਵੇ ਜਿਸ ਬੰਦੇ ਨੇ ਸਮਾਜ ਸੁਧਾਰ ਵਾਸਤੇ ਪੂਰਾ ਯੋਗਦਾਨ ਪਾਇਆ ਹੋਵੇ ਜਿਸ ਬੰਦੇ ਨੇ ਬੈਂਕਿੰਗ ਪ੍ਰਣਾਲੀ ਬਰਾਬਰ ਖੜੀ ਕੀਤੀ ਹੋਵੇ ਉਹਦੀ ਇੱਕੋ ਇੱਕ ਨਿਸ਼ਾਨੀ ਦਿੱਲੀ ਦੇ ਵਿੱਚ ਵਿੱਦਿਆ ਨਾਲ ਸੰਬੰਧਿਤ ਹੈ ਦਿਆਲ ਸਿੰਘ ਈਵਨਿੰਗ ਕਾਲਜ ਤੇ ਉਹ ਦਿਆਲ ਸਿੰਘ ਈਵਨਿੰਗ ਕਾਲਜ ਦਾ ਨਾਂ ਤਬਦੀਲ ਜਿਹੜਾ ਕੀਤਾ ਗਿਆ ਤਬਦੀਲ ਤਾਂ ਭਾਵੇਂ ਕੋਈ ਦਿਨ ਪਹਿਲਾਂ ਕੀਤਾ ਲੇਕਿਨ
ਇਹਦਾ ਮੁੱਢ ਬਹੁਤ ਪਹਿਲਾਂ ਵੱਧ ਗਿਆ ਸੀ। ਤੁਹਾਡੇ ਧਿਆਨ ਚ ਹੋਣਾ ਸ਼ਾਇਦ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਬਿਲਕੁਲ ਉਹ ਜਿਹੜੀ ਇਹਨਾਂ ਦੀ ਕਮੇਟੀ ਬਣਾਈ ਗਈ ਹੈ ਜਿਹੜੀ ਉਹਨੂੰ ਕਾਲਜ ਨੂੰ ਚਲਾਉਣ ਵਾਸਤੇ। ਆਮ ਤੌਰ ਤੇ ਕੀ ਹੁੰਦਾ ਵੀ ਜਿਹੜੀਆਂ ਕਮੇਟੀਆਂ ਬਣਦੀਆਂ ਬਹੁਤ ਸਾਰੇ ਇਹੋ ਜਿਹੇ ਪੋਲੀਟੀਕਲ ਅਹੁਦੇ ਜਿਹਨਾਂ ਅਹੁਦਿਆਂ ਨੂੰ ਪੋਲੀਟੀਕਲ ਬੰਦਿਆਂ ਰਾਹੀਂ ਭਰਿਆ ਜਾਂਦਾ, ਨਾ ਉਹਨਾਂ ਦਾ ਨਾਂ ਕੁਛ ਵੀ ਹੋਵੇ, ਭਾਵੇਂ ਉਹਦੇ ਯੋਗਤਾ ਨੀ ਦੇਖੀ ਜਾਂਦੀ, ਬੰਦਿਆਂ ਨੂੰ ਨੋਮੀਨੇਟ ਕੀਤਾ ਜਾਂਦਾ ਕਿ ਇਹ ਕਰੂਗਾ ਇਹ ਕਰੂਗਾ। ਜਿਵੇਂ ਕਿ ਦਿਆਲ ਸਿੰਘ ਕਾਲਜ ਦਾ ਅਮਿਤਾਭ ਸਿਨਹਾ ਨਾਂ ਦੇ ਬੰਦੇ ਨੂੰ ਚੇਅਰਮੈਨ ਬਣਾਇਆ ਹੋਇਆ ਔਰ ਦਿੱਲੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਜਿਹੜਾ ਜਗਦੀਸ਼ ਤਿਆਗੀ ਹੋਈ ਹੈ, ਇਹਦੇ ਲਈ ਉਦੋਂ ਵੀ ਇਹ ਕੋਸ਼ਿਸ਼ ਕੀਤੀ ਸੀ ਕਿ ਅਸੀਂ ਦਿਆਲ ਸਿੰਘ ਕਾਲਜ ਦਾ ਨਾਂ ਤਬਦੀਲ ਕਰ ਦਈਏ, ਲੇਕਿਨ ਉਦੋਂ ਦੁਨੀਆਂ ਭਰ ਦੇ ਵਿੱਚ ਬੈਠੇ ਪੰਜਾਬੀਆਂ ਨੇ ਇਹਦਾ ਬਹੁਤ ਵੱਡਾ ਵਿਰੋਧ ਕੀਤਾ ਸੀ ਤੇ ਫਿਰ ਇਹ ਮਾਮਲਾ ਦੇਸ਼ ਦੀ ਪਾਰਲੀਮੈਂਟ ਵਿੱਚ ਵੀ ਉੱਠਿਆ ਸੀ। ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵੀ ਸਰਕਾਰ ਨੇ ਭਰੋਸਾ ਦਵਾਇਆ ਸੀ ਕਿ ਦਿਆਲ ਸਿੰਘ ਕਾਲਜ ਦੇ ਨਾਲ ਕਿਸੇ ਕਿਸਮ ਦੀ ਛੇੜਛਾੜ ਨਹੀਂ ਕੀਤੀ ਜਾਊਗੀ, ਦਿਆਲ ਸਿੰਘ ਕਾਲਜ ਬਰਕਰਾਰ ਰਹੂਗਾ। ਉਸੇ ਵੇਲੇ ਸਾਡੀ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੀ ਕੇਂਦਰੀ ਵਜ਼ੀਰ ਹੈ, ਇਹਨਾਂ ਨੇ ਵੀ ਚਿੱਠੀ ਲਿਖੀ ਸੀ ਪ੍ਰਕਾਸ਼ ਜਾਵੜੇਕਰ ਨੂੰ, ਜਿਹੜੇ ਸਾਡੇ ਐਚ ਆਈ ਡੀ ਮਿਨਿਸਟਰ ਹੈ, ਕਿ ਇਹ ਨਾ ਹੋਵੇ। ਪਰ ਪ੍ਰਕਾਸ਼ ਜਾਵੜੇਕਰ ਸਾਹਿਬ ਨੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਚਿੱਠੀ ਲਿਖ ਕੇ ਇਹ ਅਸ਼ੇਅਰ ਕਰਾਇਆ ਸੀ, ਇਹ ਯਕੀਨ ਦਵਾਇਆ ਸੀ ਕਿ ਇਸ ਕਾਲਜ ਨਾਲ ਕਿਸੇ ਕਿਸਮ ਦੀ ਕੋਈ ਛੇੜਛਾੜ ਨਹੀਂ ਹੁੰਦੀ। ਇਹਦੇ ਬਾਵਜੂਦ ਚੁੱਪ ਚੁੱਪੀ ਤੇ ਉਹ ਕਾਲਜ ਦਾ ਨਾਮ ਬਦਲ ਦਿੱਤਾ ਗਿਆ। ਦਿੱਲੀ ਦੀ ਜਿਹੜੀ ਆਪਣੇ ਗੁਰੂ ਘਰਾਂ ਦਾ ਪ੍ਰਬੰਧ ਕਰਨ ਵਾਲੀ ਕਮੇਟੀ ਹੈ, ਉਸ ਕਮੇਟੀ ਨੇ ਇਹਦਾ ਬੜਾ ਬੁਰਾ ਬਣਾਇਆ। ਮਨਜਿੰਦਰ ਸਿੰਘ ਸਿਰਸਾ ਜਿਹੜੇ ਉਸ ਕਮੇਟੀ ਦੇ ਜਨਰਲ ਸੈਕਟਰੀ ਹੈ, ਸੁਖਬੀਰ ਸਿੰਘ ਬਾਦਲ ਦੇ ਐਡਵਾਈਜ਼ਰ ਵੀ ਹੈ, ਪਰ ਨਾਲ ਸ਼ੇਸਾਂ ਦੇਖੀਏ ਤਾਂ ਉਹ MLA ਭਾਰਤੀ ਜਨਤਾ ਪਾਰਟੀ ਦੇ, ਕਿਉਂਕਿ ਦਿੱਲੀ ਦੇ ਵਿੱਚ ਜਿਹੜੀ ਉਹਨਾਂ ਨੇ ਚੋਣ ਲੜੀ ਸੀ ਉਸ ਸੀਟ ਤੋਂ ਜਿਹੜੀ ਸੀਟ ਜਰਨੈਲ ਸਿੰਘ ਹੋਰਾਂ ਨੇ ਖਾਲੀ ਕੀਤੀ ਸੀ, ਜੋ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ਼ ਜਰਨੈਲ ਸਿੰਘ ਨੇ ਇਲੈਕਸ਼ਨ ਲੜੀ ਲੰਬੀ ਤੋਂ ਆ ਕੇ, ਤਾਂ ਉਹਨੂੰ ਇੱਥੇ ਆਪਣੀ ਵੋਟ ਬਣਾਉਣੀ ਪੈਣੀ ਸੀ। ਵੋਟ ਬਣਾਉਣ ਦੀ ਵਜ੍ਹਾ ਕਾਰਨ ਉਹਨੂੰ ਆਪਣੀ ਦਿੱਲੀ ਵਾਲੀ ਵੋਟ ਘਟਾਉਣੀ ਪੈ ਗਈ, ਮੈਂਬਰੀ ਚੋਂ ਅਸਤੀਫਾ ਦੇਣਾ ਪੈ ਗਿਆ। ਬਾਅਦ ਵਿੱਚ ਉੱਥੇ ਚੋਣ ਹੋਈ ਤਾਂ ਉਸ ਚੋਣ ਦੇ ਵਿੱਚ ਪਹਿਲਾਂ ਆਮ ਆਦਮੀ ਪਾਰਟੀ ਕੋਲ ਸੀਟ ਸੀਗੀ, ਉਸ ਚੋਣ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੋਂ ਅਕਾਲੀ ਦਲ ਨੇ ਮੰਗ ਕੀਤੀ ਕਿ ਸੀਟ ਸਾਡੀ ਹੈ, ਸਿੱਖਾਂ ਦੀ ਇੱਥੇ ਮਹਤਾਤ ਹੈ, ਸਿੱਖ ਕੰਸਟੀਟਿਊਸੀ ਹੈ, ਤੇ ਸਾਨੂੰ ਤੁਸੀਂ ਇਹ ਸੀਟ ਛੱਡੋ। ਭਾਰਤੀ ਜਨਤਾ ਪਾਰਟੀ ਨੇ ਕਹਿਤਾ ਕਿ ਹਾਂ ਸੀਟ ਅਸੀਂ ਤੁਹਾਨੂੰ ਛੱਡ ਦਿੰਦੇ ਹਾਂ, ਪਰ ਸ਼ਰਤ ਇੱਕ ਹੈ ਕਿ ਤੁਸੀਂ ਆਪਦੇ ਚੋਣ ਨਿਸ਼ਾਨ ਤੱਕੜੀ ਤੇ ਨਹੀਂ ਚੋਣ ਲੜੋਗੇ, ਸਗੋਂ ਸਾਡੇ ਚੋਣ ਨਿਸ਼ਾਨ ਤੇ ਕਮਲ ਦੇ ਫੁੱਲ ਤੇ ਚੋਣ ਲੜੋਗੇ, ਤਾਂ ਕਿ ਜਿਹੜਾ ਤੁਹਾਡਾ ਜਿੱਤਿਆ ਹੋਇਆ MLA ਹੈ ਉਹਦੀ ਗਿਣਤੀ ਸਾਡੇ MLA ਦੇ ਵਿੱਚ ਹੋਵੇ। ਤੇ ਮਨਜਿੰਦਰ ਸਿੰਘ ਸਿਰਸਾ ਜਿਹੜੇ ਸ਼੍ਰੋਮਣੀ ਕਮੇਟੀ ਦੇ ਉੱਥੋਂ ਦੇ ਮੈਂਬਰ ਰਹੇ, ਆਪਣਾ ਸੈਕਟਰੀ ਵੀ ਹੈ, ਸੁਖਬੀਰ ਸਿੰਘ ਬਾਦਲ ਦੇ ਐਡਵਾਈਜ਼ਰ ਵੀ ਹੈ, MLA ਉਹ ਭਾਰਤੀ ਜਨਤਾ ਪਾਰਟੀ ਦੇ, ਕੱਲ ਉਹਨਾਂ ਨੇ ਵੀ ਇਸ ਗੱਲ ਤੇ ਵਿਰੋਧ ਕੀਤਾ ਵੀ ਬੜਾ ਮਾੜਾ ਹੋਇਆ। ਅੱਜ ਵੀ ਤੁਸੀਂ ਦੇਖਿਆ ਉਹਨਾਂ ਵਿਰੋਧ ਆਉਣਾ ਸ਼ੁਰੂ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਉਹਨਾਂ ਨੇ ਵੀ ਇਹਦਾ ਵਿਰੋਧ ਕੀਤਾ, ਔਰ ਬਾਬਾ ਹਰਨਾਮ ਸਿੰਘ ਧੁੰਮਾ ਜਿਹੜੇ ਦਮਦਮੀ ਟਕਸਾਲ ਦੇ ਇੱਕ ਧੜੇ ਦੇ ਮੁਖੀ ਹੈ ਉਹਨਾਂ ਨੇ ਵੀ ਵਿਰੋਧ ਕੀਤਾ। ਪਰ ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜੀ ਚੀਜ਼ ਝਲਕਦੀ ਹੈ ਉਹਦੇ ਵਿੱਚ ਉਹਨੂੰ ਇਹ ਨੀ ਝਲਕਦਾ ਜ਼ਿਆਦਾ ਕਿ ਉਹਨਾਂ ਨੇ ਵਿਰੋਧ ਇਸ ਗੱਲ ਦਾ ਕੀਤਾ ਕਿ ਇਹਦਾ ਨਾਂ ਤਬਦੀਲ ਕਿਉਂ ਕੀਤਾ, ਸਗੋਂ ਉਹਨਾਂ ਨੇ ਇਹ ਯਤਨ ਕੀਤਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਹਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ ਸੀ ਤੇ ਕੇਂਦਰ ਸਰਕਾਰ ਨੇ ਇਹਨਾਂ ਨੂੰ ਯਕੀਨ ਦਵਾਇਆ ਸੀ ਕਿ ਅਸੀਂ ਨਾਂ ਤਬਦੀਲ ਨਹੀਂ ਕੀਤਾ ਕਰਾਂਗੇ, ਲੇਕਿਨ ਹੁਣ ਨਾਂ ਤਬਦੀਲ ਕਰਕੇ ਕੇਂਦਰ ਸਰਕਾਰ ਨੇ ਇੱਕ ਕਿਸਮ ਦੀ ਆਪਣੀ ਵਾਅਦਾ ਖਿਲਾਫ਼ੀ ਕੀਤੀ ਹੈ। ਮਤਲਬ ਉਹਦੇ ਚ ਬੀਬੀ ਹਰਸਿਮਰਤ ਕੌਰ ਬਾਦਲ ਦੀ ਆਭਾ ਚਮਕਾਉਣ ਦਾ ਯਤਨ ਜ਼ਿਆਦਾ ਹੈ। ਯਤਨ ਇਹ ਨੀ, ਮਤਲਬ ਇਹ ਨੀ ਗੱਲ ਕਹੀ ਕਿ ਸਾਡੇ ਨਾਲ, ਪੰਜਾਬ ਨਾਲ, ਸਿੱਖਾਂ ਨਾਲ, ਪੰਜਾਬੀਆਂ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਧਰੋਂ ਘੁਮਾਇਆ। ਔਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵੀ ਚਾਹੀਦਾ ਸੀ ਕਿ ਉਹ ਇਸ ਤੇ ਮੁੱਖ ਜਿਹੜਾ ਹੈਗਾ ਸਖ਼ਤ ਪ੍ਰੋਟੈਸਟ ਜਾਹਰ ਕਰ ਲਈ, ਸਖ਼ਤ ਪ੍ਰੋਟੈਸਟ ਜਾਹਰ ਕਰਕੇ ਰੋਸ ਵਜੋਂ ਪ੍ਰੋਟੈਸਟ ਵਜੋਂ ਆਪਣਾ ਅਸਤੀਫ਼ਾ ਪ੍ਰਧਾਨ ਮੰਤਰੀ ਲਿਖ ਕੇ ਫੜਾਉਂਦੀ ਕਿ ਆ ਚੁੱਕੋ ਮੇਰਾ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਹੈ। ਤੁਸੀਂ ਦੇਖਿਆ ਹੋਣਾ ਜਿਹੜੇ ਆਪਣੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦੇ ਬੜੇ ਵਧੀਆ ਸੰਬੰਧ ਹੈ, ਮੋਦੀ ਸਾਹਿਬ ਵੀ ਬੜੇ ਵਧੀਆ ਸੰਬੰਧ ਹੈ, ਭਾਰਤੀ ਜਨਤਾ ਪਾਰਟੀ ਦਾ ਵੀ ਬੜੇ ਵਧੀਆ ਸੰਬੰਧ ਹੈ। ਪਰ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਗੱਲ ਕਹੀ ਸੀ ਕਿ ਮੇਰੀ ਸਟੇਟ ਨੂੰ, ਕਿਉਂਕਿ ਮੇਰੀ ਸਟੇਟ ਦੇ ਦੋ ਹਿੱਸੇ ਹੋ ਗਏ, ਤੇਲੰਗਾਨਾ ਵਿੱਚੋਂ ਨਿਕਲ ਗਿਆ, ਤੁਸੀਂ ਇਹ ਵਾਅਦਾ ਕੀਤਾ ਸੀ ਕਿ ਤੁਹਾਡੀ ਸਟੇਟ ਨੂੰ ਵਿਸ਼ੇਸ਼ ਪੈਕੇਜ ਦੇਵਾਂਗੇ, ਸਾਡੀ ਇੱਕ ਵੱਖਰੀ ਰਾਜਧਾਨੀ ਬਣਾਉਣੀ, ਉਹਦੇ ਲਈ ਤੁਸੀਂ ਇਮਦਾਦ ਦੇਣ ਦੀ ਗੱਲ ਕੀਤੀ ਸੀ, ਲੇਕਿਨ ਨਹੀਂ ਦਿੱਤੀ। ਉਹਨਾਂ ਨੇ ਪ੍ਰੋਟੈਸਟ ਕੀਤਾ ਪਾਰਲੀਮੈਂਟ ਦੇ ਵਿੱਚ ਵੀ, ਉਹਨਾਂ ਨੇ ਆਪਣੇ ਮੰਤਰੀਆਂ ਤੋਂ ਅਸਤੀਫੇ ਵੀ ਦਵਾਏ, ਪਰ ਜਦੋਂ ਗੱਲ ਨਾ ਬਣੀ ਤਾਂ ਉਹਨਾਂ ਨੇ ਤੋੜ ਵਿਛੋੜਾ ਕਰ ਲਿਆ
ਭਾਰਤੀ ਜਨਤਾ ਪਾਰਟੀ ਨਾਲੋਂ ਤੇ ਅੱਜ ਉਹ ਅਲੱਗ ਬੈਠੇ। ਪਰ ਸਾਡੀ ਗੱਲ ਕਿਸਮ ਕੀ ਹੈ ਪੰਜਾਬ ਦੀ ਕਿ ਪੰਜਾਬ ਦੀ ਅਕਾਲੀ ਪਾਰਟੀ ਇਹ ਆਪਣੇ ਆਪ ਨੂੰ ਇੱਕ ਤਰ੍ਹਾਂ ਦੀ ਗੁਲਾਮ ਬਣਾ ਰੱਖਿਆ ਹੈ ਭਾਰਤੀ ਜਨਤਾ ਪਾਰਟੀ ਦੇ। ਭਾਰਤੀ ਜਨਤਾ ਪਾਰਟੀ ਨੇ ਏਦੋਂ ਵੱਧ ਸਾਡਾ ਨੁਕਸਾਨ ਕੀ ਕਰੂਗੀ ਜੇ ਦਿਆਲ ਸਿੰਘ ਹੋਰਾਂ ਦੀ ਵਿਰਾਸਤ ਹੈ ਜਿਹੜੀ ਜਿਹੜਾ ਦਿਆਲ ਸਿੰਘ ਹੋਰਾਂ ਦੇ ਨਾਂ ਨੂੰ ਸਮਰਪਿਤ ਕਾਲਜ ਹੈ ਉਹ ਕਾਲਜ ਵੀ ਤੁਸੀਂ ਜਿਹੜਾ ਉਹਨੇ ਆਪਦੇ ਕੋਲੋਂ ਪੈਸੇ ਲਾ ਕੇ ਬਣਾਇਆ ਸੀ ਉਹਦੇ ਤੋਂ ਉਸ ਸ਼ਖਸ ਦਾ ਨਾਂ ਵੀ ਖੋਲਿਆ ਤੇ ਫਿਰ ਤੁਸੀਂ ਕਰੋਗੇ ਕੀ? ਅੱਜ ਮੈਨੂੰ ਸ਼ਾਮ ਨੂੰ ਇੱਕ ਕਲਿੱਪ ਭੇਜੀ ਹੈ ਅਕਾਲੀ ਦਲ ਦੇ ਜਿਹੜੇ ਆਫਿਸ ਦੇ ਇੰਚਾਰਜ ਜਾਂ ਜਨਰਲ ਸਕੱਤਰੀ ਲਾ ਲਓ ਜੋ ਵੀ ਹੈਗੇ ਮਿਸਟਰ ਚਰਨਜੀਤ ਸਿੰਘ ਰਾਵ ਉਹਨਾਂ ਨੇ ਇੱਕ ਭੇਜੀ ਹੈ ਪੀ ਟੀ ਸੀ ਦੇ ਉੱਤੇ ਉਹ ਬੀਬੀ ਨੇ ਟਵੀਟ ਕੀਤਾ ਹੈ ਕਿ ਕੁਛ ਵੀ ਹੋਵੇ ਹਰਸਿਮਰਤ ਕੌਰ ਬਾਦਲ ਕਹਿੰਦੀ ਕੁਛ ਵੀ ਹੋਵੇ ਮੈਂ ਲੰਗਰ ਨੂੰ ਜੀ ਐਸ ਟੀ ਤੋਂ ਮੁਕਤੀ ਦਵਾਉਂਗੀ ਮੈਂ ਪ੍ਰਧਾਨ ਮੰਤਰੀ ਸਾਹਿਬ ਤੋਂ ਮੰਗ ਕਰਦੀ ਹਾਂ ਤੇ ਮੈਂ ਅਰੁਣ ਜੇਟਲੀ ਸਾਹਿਬ ਤੋਂ ਮੰਗ ਕਰਦੀ ਹਾਂ ਕਿ ਲੰਗਰ ਦੇ ਉੱਤੇ ਜਿਹੜਾ ਜੀ ਐਸ ਟੀ ਲੱਗਿਆ ਹੋਇਆ ਇਹ ਖਤਮ ਕੀਤਾ ਜਾਵੇ। ਤੁਸੀਂ ਦੇਖੋ ਗੱਲ ਮਾਫ ਕਰਾ ਕੇ ਕਿੱਧਰ ਨੂੰ ਜਾਂਦੀ ਹੈ। ਅੱਜ ਲੋੜ ਜਿਹੜਾ ਵਰਨਗੀ ਇਸ਼ੂ ਹੈ ਅੱਜ ਦੀ ਮੇਨ ਕੰਟਰਾਡਿਕਸ਼ਨ ਮੇਨ ਕੰਟਰਾਡਿਕਸ਼ਨ ਇਹ ਹੈ ਕਿ ਦਿਆਲ ਸਿੰਘ ਹੋਰਾਂ ਦੇ ਨਾਂ ਨੂੰ ਜਿਹੜਾ ਸਮਰਪਿਤ ਕਾਲਜ ਸੀ ਉਹਦਾ ਹਿੰਦੂਕਰਨ ਕਰਤਾ ਉਹਦਾ ਬੰਦੇ ਮਾਤਰਮ ਕਰਤਾ ਸਿੱਖਾਂ ਦਾ ਬੰਦੇ ਮਾਤਰਮ ਨਾਲ ਕੀਤਾ ਲੱਗ ਇਹਨਾਂ ਦਾ ਕੀ ਸਬੰਧ ਪੰਜਾਬੀਆਂ ਦਾ ਬੰਦੇ ਮਾਤਰਮ ਨਾਲ ਕੀ ਸਬੰਧ ਬੰਦੇ ਮਾਤਰਮ ਕਰਕੇ ਅਸਲ ਦੇ ਵਿੱਚ ਉਹਨਾਂ ਨੇ ਆਪਣੇ ਜਿਹੜਾ ਹਿੰਦੂ ਧਰਮ ਦਾ ਏਜੰਡਾ ਹੈ ਉਹਨੂੰ ਲਾਗੂ ਕਰ ਰਹੇ ਹੈ ਤੇ ਬੀਬੀ ਬਾਦਲ ਸਾਲ ਹੋ ਗਿਆ ਜੀ ਐਸ ਟੀ ਵਾਲਾ ਮਾਮਲਾ ਚੱਲਦੇ ਨੇ ਜੀ ਐਸ ਟੀ ਲਗਾਤਾਰ ਅਸੀਂ ਪੇ ਕਰ ਰਹੇ ਹਾਂ ਸਾਡੇ ਹਰਿਮੰਦਰ ਸਾਹਿਬ ਕੰਪਲੈਕਸ ਉਦੋਂ ਉਹਨੇ ਕਿਹਾ ਨੀ ਕਿ ਅੱਜ ਉਹਨੇ ਇਹ ਗੱਲ ਕਿਉਂ ਕਹੀ ਇਹਦਾ ਮਤਲਬ ਕਿ ਲੋਕਾਂ ਦਾ ਧਿਆਨ ਜਿਹੜਾ ਡਾਇਵਰਟ ਕੀਤਾ ਜਾਵੇ ਕਿ ਲੋਕ ਇਹ ਡਿਮਾਂਡ ਨਾ ਕਰ ਲੈਣ ਕਿ ਬੀਬਾ ਜੀ ਤੁਸੀਂ ਅਸਤੀਫਾ ਦਿਓ ਤੁਹਾਨੂੰ ਭਾਰਤੀ ਜਨਤਾ ਪਾਰਟੀ ਦਾ ਤੋੜ ਵਿਛੜਾ ਕਰਨਾ ਚਾਹੀਦਾ ਅਕਾਲੀ ਦਲ ਨੂੰ ਚਾਹੀਦਾ ਕਿ ਅਕਾਲੀ ਦਲ ਸਪਸ਼ਟ ਕਰੇ ਭਾਰਤੀ ਜਨਤਾ ਪਾਰਟੀ ਨੂੰ ਕਿ ਆਪਣੀ ਸਾਂਝ ਹੋਰ ਮਿਲਦੀ ਨਹੀਂ ਤੁਸੀਂ ਸਾਡੀਆਂ ਜੜਾਂ ਖੋਲਣ ਲੱਗੇ ਪਏ ਹੋ ਔਰ ਇਹਦਾ ਨੈਗੇਟਿਵ ਅਸਰ ਬੜਾ ਪੈਂਦਾ ਹੈ। ਸੁਖਦੈਵ ਜੀ ਜਦੋਂ ਦਿਆਲ ਸਿੰਘ ਕਾਲਜ ਦਾ ਨਾਂ ਤਬਦੀਲ ਹੋਇਆ ਉਹ ਤੋਂ ਬਾਅਦ ਇੱਕ ਕੌਮਾਂਤਰੀ ਪੱਧਰ ਦੇ ਉੱਤੇ ਬੜੀ ਖਤਰਨਾਕ ਖਬਰ ਹੋ ਰਹੀ ਹੈ ਉਹ ਖਬਰ ਕੀ ਹੈ ਜੀ? ਉਹ ਖਬਰ ਇਹ ਹੈ ਕਿ ਜਿਹੜਾ ਹਾਫਿਜ਼ ਸਈਦ ਹੈ ਹਾਫਿਜ਼ ਸਈਦ ਆਪਾਂ ਨੂੰ ਪਤਾ ਹੈ ਪਾਕਿਸਤਾਨ ਦਾ ਬਹੁਤ ਵੱਡਾ ਇੱਕ ਦਹਿਸ਼ਤਗਰਦ ਹੈ ਇਸ ਦਹਿਸ਼ਤਗਰਦ ਨੇ ਜਿਹੜਾ ਅੰਜਾਮ ਦਵਾਇਆ ਸੀ ਆਪਣੇ ਨੂੰ ਜਿਹੜਾ ਮੁੰਬਈ ਦਾ ਕਤਲੇਆਮ ਹੋਇਆ ਸੀ ਜਿਹਦੇ ਵਿੱਚ ਸੈਂਕੜੇ ਲੋਕ ਮਾਰੇ ਗਏ ਸੀ ਉਹ ਵੀ ਹੈ ਔਰ ਇਹ ਹਾਫਿਜ਼ ਸਈਦ ਜਮਾਤ-ਏ-ਉਦ-ਦਾਵਾ ਦਾ ਮੁਖੀ ਵੀ ਹੈ ਪਾਕਿਸਤਾਨ ਦਾ ਉਹ ਕੱਲ ਜਾਂ ਪਰਸੋਂ ਨਨਕਾਣਾ ਸਾਹਿਬ ਜਾਂਦਾ ਹੈ ਪਾਕਿਸਤਾਨ ਦੇ ਵਿੱਚ ਤੇ ਨਨਕਾਣਾ ਸਾਹਿਬ ਜਾ ਕੇ ਉੱਥੇ ਸਿੱਖਾਂ ਦੀ ਇਕੱਤਰਤਾ ਕਰਦਾ ਹੈ ਸਿੱਖਾਂ ਦੀ ਮੀਟਿੰਗ ਕਰਦਾ ਹੈ ਪਾਕਿਸਤਾਨੀ ਸਿੱਖਾਂ ਨੂੰ ਉਹ ਕਹਿੰਦਾ ਹੈ ਕਿ ਭਾਰਤ ਦੇ ਸਿੱਖ ਬੜੇ ਖਤਰੇ 'ਚ ਹੈ ਉੱਥੋਂ ਤੁਸੀਂ ਉੱਥੋਂ ਦੀ ਹਿੰਦੂ ਧਰਮ ਦੀ ਜਿਹੜੀ ਸਰਕਾਰ ਹੈ ਉਹ ਭਾਰਤ ਦੇ ਸਿੱਖਾਂ ਨੂੰ ਨਿਸ ਤੋਂ ਨਾਬੂਦ ਕਰਨ ਵਾਸਤੇ ਤੁਲੀ ਹੋਈ ਹੈ ਤੇ ਨਾਲ ਉਹ ਆਪ ਹੀ ਸਰਕਾਰ ਕਿਤੇ ਇਲਜ਼ਾਮ ਲਾਉਂਦਾ ਹੈ ਕਿ ਸਾਡੀ ਪਾਕਿਸਤਾਨ ਦੀ ਸਰਕਾਰ ਭਾਰਤ ਨਾਲ ਸੰਬੰਧ ਸੁਧਾਰਨ ਦੇ ਪਰਦੇ ਹੇਠ ਭਾਰਤ ਸਰਕਾਰ ਪ੍ਰਤੀ ਨਰਮੀ ਅਪਣਾ ਰਹੀ ਹੈ ਸਿੱਖਾਂ ਨਾਲ ਜਿਹੜੀਆਂ ਜਾਤੀਆਂ ਹੁੰਦੀਆਂ ਉਹਦੇ ਪ੍ਰਤੀ ਬੋਲ ਨਹੀਂ ਰਹੀ ਇਹ ਕਹਿ ਕੇ ਉਹ ਸਾਬਤ ਕੀ ਕਰਨਾ ਚਾਹੁੰਦਾ ਹੈ ਉਹ ਸਾਬਤ ਇਹ ਕਰਨਾ ਚਾਹੁੰਦਾ ਸਿੱਖਾਂ ਨੂੰ ਕਿ ਤੁਹਾਡਾ ਪਾਕਿਸਤਾਨ ਦੇ ਵਿੱਚ ਸਭ ਤੋਂ ਵੱਡਾ ਖੈਰ ਖਵਾਹ ਮੈਂ ਹਾਂ ਜੇ ਮੈਂ ਕਸ਼ਮੀਰੀਆਂ ਦੀ ਜੰਗ ਨੂੰ ਸਪੋਰਟ ਕਰ ਰਿਹਾ ਤਾਂ ਮੈਂ ਸਿੱਖਾਂ ਨਾਲ ਜਿਹੜੀ ਵਿਤਕਰੇਬਾਜੀ ਹੁੰਦੀ ਹੈ ਉਹਨੂੰ ਵੀ ਸਪੋਰਟ ਕਰ ਰਿਹਾ ਹੁਣ ਤੁਸੀਂ ਅੰਦਾਜ਼ਾ ਲਓ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਹੈ ਉਹ ਸਿੱਖਾਂ ਦੀਆਂ ਜ਼ਖਮੀ ਭਾਵਨਾਵਾਂ ਨੂੰ ਆਪਣੇ ਹੱਕ ਵਿੱਚ ਤਬਦੀਲ ਕਰਨ ਦਾ ਯਤਨ ਕਰ ਰਿਹਾ ਸਾਡੀ ਭਾਰਤ ਦੀ ਸਰਕਾਰ ਇਸ ਗੱਲ ਦੇ ਤੋਂ ਇੰਨੀ ਨਸ਼ਮ ਦਾ ਅਚੇਤ ਹੈ ਕਿ ਉਹ ਜਾਣ ਬੁੱਝ ਕੇ ਇੱਕ ਦੂਜੇ ਘੱਟ ਗਿਣਤੀ ਭਾਈਚਾਰੇ ਦੇ ਨਾਲ ਉਹਦੀਆਂ ਭਾਵਨਾਵਾਂ ਦੇ ਨਾਲ ਛੇੜਛਾੜ ਕਰਦੀ ਹੈ ਤੇ ਦੁਸ਼ਮਣ ਨੂੰ ਮੌਕਾ ਦਿੰਦੀ ਹੈ ਕਿ ਜਿਹੜਾ ਬਾਰਡਰ ਸਟੇਟ ਜਿਹੜਾ ਸਰਹੱਦੀ ਸੂਬਾ ਪੰਜਾਬ 14 ਸਾਲ ਪਹਿਲਾਂ ਅੱਗ ਦੀ ਭੱਠੀ ਦੇ ਵਿੱਚ ਬਲਦਾ ਰਿਹਾ ਇੱਥੇ ਕਿੰਨਾ ਵੱਡਾ ਜਾਨੀ ਨੁਕਸਾਨ ਹੋਇਆ ਹੈ ਇੱਥੇ ਕਿੱਡਾ ਵੱਡਾ ਆਰਥਿਕ ਸੰਕਟ ਖੜਾ ਹੋਇਆ ਅੱਜ ਹਾਲਤ ਇਹ ਬਣੀ ਹੋਈ ਹੈ ਕਿ ਸਾਡੀ ਸੂਬਾ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਦੇ ਸਮਰੱਥ ਨਹੀਂ ਸਾਡੇ ਸਿਰ ਦੇ ਉੱਤੇ ਇੰਨਾ ਕਰਜ਼ਾ ਚੜ ਗਿਆ ਕਿ ਜਿੰਨੀ ਸਾਡੀ ਆਮਦਨ ਆਉਂਦੀ ਹੈ ਉਹ ਆਮਦਨ ਅਸੀਂ ਵਿਆਜ ਦੇ ਵਿੱਚ ਹੀ ਮੋੜੀ ਜਾਂਦੇ ਹਾਂ ਕਰਜ਼ਾ ਲਾਉਂਦੇ ਕਰਜ਼ੇ ਦੀਆਂ ਕਿਸ਼ਤਾਂ ਨਹੀਂ ਮੋੜਦੇ ਵਿਆਜ ਮੋੜਦੇ ਆ ਤੇ ਇਹਦਾ ਸਾਰੇ ਕਰਜ਼ ਦਾ ਕਾਰਨ ਕੀ ਹੈ ਇਹਦਾ ਕਾਰਨ ਇਹ ਹੈ ਕਿ 1978 ਤੋਂ ਜਿਹੜਾ ਸ਼ੁਰੂ ਹੋਇਆ ਸੀਗਾ ਵਿਸਾਖੀ ਦੇ ਮੌਕੇ ਨਿਰੰਕਾਰੀ ਕਾਂਡ ਤੋਂ ਲੈ ਕੇ ਤੇ ਜਿਹੜਾ 1992-93 ਤੱਕ ਪੰਜਾਬ ਦੇ ਵਿੱਚ ਉਹ ਕਾਲਾ ਦੌਰ ਚੱਲਿਆ ਉਸ ਕਾਲੇ ਦੌਰ ਦੇ ਵਿੱਚ ਜਿਹੜੀਆਂ ਪੈਰਾਮਿਲਟਰੀ ਫੋਰਸ ਇੰਡੀਆ ਪੰਜਾਬ ਦੇ ਵਿੱਚ ਇੰਡੀਆ ਦੀ ਸਰਕਾਰ ਨੇ ਭੇਜੀਆਂ ਸੀ ਉਹਨਾਂ ਦਾ ਸਾਰਾ ਖਰਚਾ ਪੰਜਾਬ ਦੇ ਲੋਕਾਂ ਸਿਰ ਪਿਆ ਤੇ ਪੰਜਾਬ ਦੀਆਂ ਜਿਹੜੀਆਂ ਆਉਣ ਵਾਲੀਆਂ ਪੀੜੀਆਂ ਜਿਹੜੀਆਂ ਪੀੜੀਆਂ ਜੇ ਪੈਦਾ ਹੋਣਗੀਆਂ
ਉਹ ਵੀ ਇਸ ਕਰਜ਼ੇ ਦੀ ਜਕੜ ਦੇ ਵਿੱਚੋਂ ਨਹੀਂ ਨਿਕਲ ਸਕਣਗੀਆਂ। ਇਹਦਾ ਬੜਾ ਸਾਡੇ ਸਿਰ ਮਤ ਇੱਕ ਬੋਝ ਪਿਆ ਹੋਇਆ, ਔਰ ਇਹ ਬੋਝ ਤਾਂ ਹੀ ਪਿਆ ਹੋਇਆ ਕਿਉਂਕਿ ਸਾਡੇ ਹਾਲਾਤ ਜਿਹੜੇ ਆ, ਸਾਡੀਆਂ ਭਾਵਨਾਵਾਂ ਇੰਜਣ ਹੋਈਆਂ ਸੀ, ਇੰਜਣ ਭਾਵਨਾਵਾਂ ਉਸ ਵਕਤ ਹੋਈਆਂ ਸੀ। ਤੇ ਅੱਜ ਉਹ ਸਮਝ ਨਹੀਂ ਆਉਂਦੀ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੇਂਦਰੀ ਸਰਕਾਰ ਹੈ ਉਹ ਇਸ ਗੱਲ ਨੂੰ ਇਗਨੋਰ ਕਿਉਂ ਕਰ ਰਹੀ ਹੈ ਕਿ ਇੱਕ ਘੱਟ ਗਿਣਤੀ ਭਾਈਚਾਰੇ ਦੇ ਜਿਹੜੇ ਹੈਗੇ ਜਾਪਾਂ ਨੂੰ ਉਚੇੜ ਕੇ ਇਸ ਪਾਸੇ ਨਹੀਂ ਜਾ ਰਹੀ ਹੈ। ਸੋ ਚਾਹੀਦਾ ਇਸ ਲਈ ਹੈ ਕਿ ਪੰਜਾਬ ਦੀਆਂ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਉਹ ਆਪਣੇ ਰਾਜਨੀਤਿਕ ਬਖੇਮਾ ਤੋਂ ਉੱਪਰ ਉੱਠ ਕੇ ਪੰਜਾਬ ਦੀ ਵਿਰਾਸਤ ਨੂੰ ਬਚਾਉਣ ਵਾਸਤੇ ਦਿਆਲ ਸਿੰਘ ਕਾਲਜ ਆ ਜਿਹੜਾ ਇਹਦਾ ਨਾਮ ਮੁੜ ਬਹਾਲ ਕਰਵਾਉਣ ਵਾਸਤੇ ਕੇਂਦਰ ਸਰਕਾਰ ਦੇ ਉੱਤੇ ਦਬਾਅ ਪਾਉਣ, ਔਰ ਇਹਦੇ ਲਈ ਚਾਹੀਦੀ ਹੈ ਪਹਿਲਕਦਮੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਰਨੀ ਚਾਹੀਦੀ ਹੈ, ਜਿਹਨਾਂ ਨੂੰ ਫਕਰੇ ਕੌਮ ਦਾ ਅਵਾਰਡ ਵੀ ਦਿੱਤਾ ਹੋਇਆ, ਕੌਮ ਨੇ ਜਿਹਨਾਂ ਨੂੰ ਸਤਿਕਾਰ ਬੜਾ ਮਿਲਿਆ ਹੋਇਆ, ਪੰਜ ਵਾਰੀ ਮੁੱਖ ਮੰਤਰੀ ਬਣੇ ਹੈ, ਉਹ ਉੱਠਣ ਤੇ ਉੱਠ ਕੇ ਇਹਦੀ ਅਗਵਾਈ ਕਰਨ। ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਆਪਣੀ ਪਾਰਟੀ ਵੱਲੋਂ ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ, ਪੰਜਾਬ ਦੇ ਲੋਕਾਂ ਵੱਲੋਂ ਕੇਂਦਰ ਸਰਕਾਰ ਤੇ ਦਬਾਅ ਪਾਉਣ ਤੇ ਦਿਆਲ ਸਿੰਘ ਕਾਲਜ ਦੇ ਨਾਲ ਜਿਹੜੀ ਛੇੜਛਾੜ ਕੀਤੀ ਹੈ ਇਹਨੂੰ ਖਤਮ ਕੀਤਾ ਜਾਵੇ, ਔਰ ਬੰਦੇ ਮਾਤਰਮ ਨਾਲ ਜਿਹੜਾ ਜੋੜਿਆ ਉਹ ਹਟਾਇਆ ਜਾਵੇ, ਸਿਰਫ ਤੇ ਸਿਰਫ ਦਿਆਲ ਸਿੰਘ ਈਵਨਿੰਗ ਕਾਲਜ ਜਿਹੜਾ ਉਹ ਬਰਕਰਾਰ ਰੱਖਿਆ ਜਾਵੇ। ਜੀ ਤੇ ਨਾਲ ਹੀ ਢਿੱਲੋਂ ਸਾਹਿਬ ਥੋੜਾ ਜਿਹਾ ਦੱਸੋ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਭਵਿੱਖ ਕੀ ਹੋਊਗਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ? ਆ ਜਿਹੜੀਆਂ ਕਮੇਟੀਆਂ ਬਣਾਈਆਂ ਸੀ ਸਰਕਾਰ ਦੇ ਨਾਲ ਸੰਬੰਧਿਤ ਸਾਰੀਆਂ ਚ ਉਹਦਾ ਨਾਂ ਗਾਇਬ ਹੈ। ਬਹੁਤ ਤੁਸੀਂ ਸ਼ਾਨਦਾਰ ਕੁਐਸਚਨ ਕੀਤਾ ਹੈ ਸੁਖਮੈਵ ਜੀ, ਕੋਈ ਸ਼ੱਕ ਨਹੀਂ ਕਿ ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਵਾਸਤੇ ਪੂਰੀ ਸੌਦੇਬਾਜ਼ੀ ਕੀਤੀ ਸੀ, ਲੇਕਿਨ ਉਹ ਸਿਰੇ ਨਹੀਂ ਚੜੀ ਤੇ ਬਾਅਦ ਦੇ ਵਿੱਚ ਸੌਦੇਬਾਜ਼ੀ ਕਾਂਗਰਸ ਪਾਰਟੀ ਨਾਲ ਬੱਜ ਗਈ ਤੇ ਉਹ ਕਾਂਗਰਸ ਪਾਰਟੀ ਜੁਆਇਨ ਕਰ ਗਏ। ਕੰਪੇਨ ਵੀ ਕੀਤੀ ਉਹਨਾਂ ਨੇ, ਕਾਂਗਰਸ ਪਾਰਟੀ 77 ਸੀਟਾਂ ਵੀ ਲੈ ਗਈ। ਨਵਜੋਤ ਸਿੰਘ ਸਿੱਧੂ ਨੂੰ ਬੜਾ ਪਾਵਰਫੁਲ ਮਹਿਕਮਾ ਜਿਹੜਾ ਲੋਕਲ ਬਾਡੀ ਦਾ ਵਜ਼ੀਰ ਵੀ ਬਣਾਇਆ ਗਿਆ, ਔਰ ਪਿਛਲੇ ਦਿਨਾਂ ਵਿੱਚ ਤੁਸੀਂ ਦੇਖਿਆ ਹੋਣਾ ਹੈ ਕਿ ਨਵਜੋਤ ਕੌਰ ਸਿੱਧੂ ਜਿਹੜੀ ਨਵਜੋਤ ਸਿੰਘ ਉਹਨਾਂ ਦੀ ਵਾਈਫ ਹੈ, ਉਹਨਾਂ ਨੂੰ ਇੱਕ ਕਾਰਪੋਰੇਸ਼ਨ ਚੇਅਰਪਰਸਨ ਵੀ ਬਣਾਤਾ। ਉਹ ਤੋਂ ਪਹਿਲਾਂ ਪੰਜਾਬ ਦੀ ਕੈਬਨਿਟ ਦਾ ਵਿਸਥਾਰ ਹੋਇਆ ਸੀ ਤੇ ਵਿਸਥਾਰ ਵੇਲੇ ਪ੍ਰਗਟ ਸਿੰਘ ਦਾ ਨਾਂ ਲਗਭਗ ਸਾਰੇ ਲੋਕਾਂ ਦੀ ਜ਼ੁਬਾਨ ਤੇ ਸੀ, ਸਾਰੇ ਅਖਬਾਰਾਂ ਨੇ, ਸੀਨੀਅਰ ਪੱਤਰਕਾਰਾਂ ਨੇ ਵੀ ਇਹ ਮੰਨ ਲਿਆ ਸੀ ਕਿ ਪ੍ਰਗਟ ਸਿੰਘ ਹੋਣੀ ਜਿਹੜੇ ਕੇਂਦਰ ਦੇ ਵਿੱਚ ਵਜ਼ੀਰ ਹੋਣਗੇ, ਔਰ ਇੱਕ ਦੋ ਅਖਬਾਰਾਂ ਨੇ ਤਾਂ ਲਿਖ ਹੀ ਦਿੱਤਾ ਸੀ ਆਪ ਪੰਜਾਬ ਚ ਵਜ਼ੀਰ ਹੋਣਗੇ, ਇੱਕ ਦੋ ਅਖਬਾਰਾਂ ਨੇ ਤਾਂ ਲਿਖ ਹੀ ਦਿੱਤਾ ਸੀ ਕਿ ਪ੍ਰਗਟ ਸਿੰਘ ਹੋਣੀ ਅਗਲੇ ਖੇਡ ਮੰਤਰੀ ਵੀ ਹੋਣਗੇ, ਲੇਕਿਨ ਉਹਦੇ ਵਿੱਚ ਪ੍ਰਗਟ ਸਿੰਘ ਗਾਇਬ ਹੋ ਗਏ ਤੇ ਨਵਜੋਤ ਕੌਰ ਆ ਗਈ। ਫਿਰ ਤੁਸੀਂ ਹੋਰ ਦੇਖਿਆ ਹੋਣਾ ਕਿ ਕਰਨਾਟਕ ਦੇ ਵਿੱਚ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਚਾਰਕਾਂ ਦੀ ਲਿਸਟ ਬਣਾਈ ਹੈ, ਜਿਹਨਾਂ ਨੂੰ ਆਪਾਂ ਕਹਿ ਸਕਦੇ ਸਟਾਰ ਪ੍ਰਚਾਰਕ, ਉਹਨਾਂ ਸਟਾਰ ਪ੍ਰਚਾਰਕਾਂ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਦਾ ਨਾਂ ਹੈ। ਤੇ ਹੁਣ ਜਿਹੜੀਆਂ ਕਮੇਟੀਆਂ ਬਣੀਆਂ, ਦੋ ਤਿੰਨ ਕਮੇਟੀਆਂ ਬਣੀਆਂ, ਬੜੀਆਂ ਪਾਵਰਫੁਲ ਕਮੇਟੀਆਂ, ਇਹਨਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਲਗਭਗ ਸਾਰੇ ਹੀ ਵੱਡੇ ਆਗੂਆਂ ਦੇ ਨਾਂ ਹੈ, ਉਹਨਾਂ ਲੋਕਾਂ ਦੇ ਵੀ ਨਾਂ ਹੈ ਜਿਹੜੇ 2017 ਦੀਆਂ ਚੋਣਾਂ ਤੋਂ ਪਹਿਲਾਂ ਹੀ ਸਮਝ ਲਓ ਤੁਸੀਂ ਕਾਂਗਰਸ ਪਾਰਟੀ ਚ ਆਏ ਸੀ, ਜਿਵੇਂ ਲਾ ਲਈਏ ਆਪਾਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਹੋਣੀ। ਲੇਕਿਨ ਨਵਜੋਤ ਸਿੰਘ ਸਿੱਧੂ ਜਿਹੜਾ ਇੱਡਾ ਵੱਡਾ ਸਟਾਰ ਪ੍ਰਚਾਰਕ ਸੀ, ਉਸ ਬੰਦੇ ਨੂੰ ਇਗਨੋਰ ਕਿਉਂ ਕਰਤਾ? ਇਹ ਗੱਲ ਆਪਣੇ ਆਪ ਚ ਕਾਫੀ ਅਹਿਮ ਹੈ। ਜਿੱਥੋਂ ਤੱਕ ਮੇਰੀ ਸਮਝ ਹੈ, ਮੇਰੀ ਸਮਝ ਮੁਤਾਬਕ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਖਿਲਾਫ਼ ਇੱਕ ਕੇਸ ਪੈਂਡਿੰਗ ਹੈ ਦੇਸ਼ ਦੀ ਸੁਪਰੀਮ ਕੋਰਟ ਚ। ਉਹ ਹੈ ਜਿਹੜੇ ਗੁਰਨਾਮ ਸਿੰਘ ਟਰਾਂਸਪੋਰਟਰ ਹੁੰਦੇ ਸੀ ਇੱਕ ਪਟਿਆਲੇ ਦੇ, ਉਹਨਾਂ ਨੂੰ ਮੁੱਕਾ ਮਾਰਿਆ ਸੀ ਤੇ ਉਹ ਉਸ ਵੇਲੇ ਸਦਮਾ ਹੋਇਆ ਜਾਂ ਕੁਛ ਵੀ ਹੋਇਆ, ਉਹਨਾਂ ਦੀ ਮੌਤ ਹੋ ਗਈ ਸੀ। ਨਵਜੋਤ ਸਿੰਘ ਸਿੱਧੂ ਦੇ ਖਿਲਾਫ਼ ਕੇਸ ਰਜਿਸਟਰ ਹੋਇਆ 97-98 ਦੇ ਵਿੱਚ। ਉਹ ਕੇਸ ਦੇ ਵਿੱਚੋਂ ਟ੍ਰਾਇਲ ਕੋਰਟ ਚੋਂ ਬਰੀ ਹੋ ਗਏ ਸੀ, ਸਰਕਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਵੀ ਸੀ, ਇਹਨਾਂ ਨੇ ਹਾਈ ਕੋਰਟ ਦੇ ਵਿੱਚ ਅਪੀਲ ਕਰਤੀ ਸੀ, ਔਰ ਹਾਈ ਕੋਰਟ ਨੇ ਨਵਜੋਤ ਸਿੰਘ ਸਿੱਧੂ ਨੂੰ 3 ਸਾਲ ਦੀ ਕੈਦ ਕਰਤੀ ਸੀ। ਨਵਜੋਤ ਸਿੰਘ ਸਿੱਧੂ ਨੂੰ ਅਸਤੀਫਾ ਦੇਣਾ ਪੈ ਗਿਆ ਸੀ ਪਾਰਲੀਮੈਂਟ ਦੀ ਸੀਟ ਤੋਂ ਅੰਮ੍ਰਿਤਸਰ ਤੋਂ, ਔਰ ਦੁਬਾਰਾ ਇਹਨਾਂ ਨੇ ਚੋਣ ਉਦੋਂ ਲੜੀ ਜਦੋਂ ਇਹਨਾਂ ਦੀ ਸਜ਼ਾ ਸੁਪਰੀਮ ਕੋਰਟ ਨੇ ਸਸਪੈਂਡ ਕਰਤੀ ਸੀ, ਤੇ ਉਦੋਂ ਤੋਂ ਲਗਾਤਾਰ ਮਤਲਬ ਜਿਹੜੇ ਇਹ ਭਾਰਤੀ ਆਪਣੀ ਰਾਜਨੀਤੀ ਚ ਰਹੇ। ਹੁਣ ਉਹ ਕੇਸ ਸੁਪਰੀਮ ਕੋਰਟ ਦੇ ਵਿੱਚ ਉਹਦੀ ਸੁਣਵਾਈ ਮੁਕੰਮਲ ਹੋ ਚੁੱਕੀ ਹੈ, ਬਹਿਸ ਖਤਮ ਹੋ ਚੁੱਕੀ ਹੈ, ਔਰ ਇਹਦਾ ਫੈਸਲਾ ਰਿਜ਼ਰਵ ਰੱਖਿਆ ਹੋਇਆ ਹੈ। ਫੈਸਲਾ ਕਿਸੇ ਵੇਲੇ ਵੀ ਆ ਸਕਦਾ ਹੈ, ਕਿਉਂਕਿ ਮੇਰੇ ਖਿਆਲ ਮੁਤਾਬਕ ਵੀ ਇਸੇ ਮਹੀਨੇ ਚ ਮਈ ਮਹੀਨੇ ਦੀ 20-21 ਤਾਰੀਖ ਤੋਂ ਬਾਅਦ ਛੁੱਟੀਆਂ ਹੋ ਜਾਣੀਆਂ ਸੁਪਰੀਮ ਕੋਰਟ ਦੇ ਵਿੱਚ, ਤੇ ਉਹਨਾਂ ਛੁੱਟੀਆਂ ਤੋਂ ਬਾਅਦ ਸੁਪਰੀਮ ਕੋਰਟ ਖੁੱਲਣ ਤੋਂ ਪਹਿਲੇ ਸਾਡੇ ਸੁਪਰੀਮ ਕੋਰਟ ਦੇ ਜਿਹੜੇ ਮੌਜੂਦਾ ਨੰਬਰ 2 ਜੱਜ ਹੈ ਜਸਟਿਸ ਚੇਲਾ ਮਸ਼ਵਰ
ਉਹਨਾਂ ਨੇ ਰਿਟਾਇਰ ਹੋ ਜਾਣਾ। ਔਰ ਨਵਜੋਤ ਸਿੰਘ ਸਿੱਧੂ ਦੇ ਕੇਸ ਦੀ ਸੁਣਵਾਈ ਜਿਹੜੀ ਹੈ 13 ਮਈ ਸ਼ੁਰੂ ਹੋਣੀ ਹੀ ਕਰ ਰਹੇ ਹੈ, ਸੁਣਵਾਈ ਮੁਕੰਮਲ ਹੋ ਗਈ ਹੈ, ਫੈਸਲਾ ਲਿਖਣਾ ਹੈ। ਮੈਨੂੰ ਲੱਗਦੀ ਇਹ ਹੈ ਕਿ ਜਿਵੇਂ ਪੰਜਾਬ ਸਰਕਾਰ ਦੇ ਵਕੀਲ ਨੇ ਇਹ ਗੱਲ ਕਹੀ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਇਹਨਾਂ ਨੇ ਗੁਨਾਹ ਕੀਤਾ ਹੈ, ਤੇ ਉਹਦਾ ਨਵਜੋਤ ਸਿੰਘ ਸਿੱਧੂ ਨੇ ਇਹ ਕਿਹਾ ਸੀ ਕਿ ਮੈਨੂੰ ਸਮਝ ਨਹੀਂ ਆਉਂਦੀ ਇਹ ਪੰਜਾਬ ਸਰਕਾਰ ਨੇ ਕਿਉਂ ਕਿਹਾ। ਕੈਪਟਨ ਅਮਰਿੰਦਰ ਸਿੰਘ ਦਾ ਇਹਦੇ ਉੱਤੇ ਪ੍ਰਤੀਕਰਮ ਆ ਗਿਆ ਸੀ, ਉਹਨਾਂ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਕਿਉਂਕਿ ਪਹਿਲਾਂ ਹੀ ਇਹ ਫੈਸਲਾ ਇਹ ਸਟੈਂਡ ਹਾਈਕੋਰਟ ਲੈ ਚੁੱਕੀ ਹੈ ਤੇ ਜਿਹੜਾ ਹੇਠਲਾ ਸਟੈਂਡ ਹੈ ਉਸ ਸਟੈਂਡ ਨੂੰ ਅਸੀਂ ਨਹੀਂ ਛੱਡ ਸਕਦੇ, ਇਸ ਲਈ ਪੰਜਾਬ ਸਰਕਾਰ ਦਾ ਜੋ ਫੈਸਲਾ ਸੀ ਉਹ ਠੀਕ ਸੀ। ਸੋ ਹੁਣ ਤੁਸੀਂ ਤਿੰਨੇ ਘਟਨਾਵਾਂ ਨੂੰ ਜੋੜ ਕੇ ਦੇਖੋ ਕਿ ਪੰਜਾਬ ਸਰਕਾਰ ਦਾ ਉੱਥੇ ਸਟੈਂਡ ਲੈਣਾ, ਕਰਨਾਟਕਾ ਦੀ ਚੋਣ ਦੇ ਵਿੱਚ ਸਟਾਰ ਪ੍ਰਚਾਰਕਾਂ ਦੀ ਲਿਸਟ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਦਾ ਨਾਮ ਗਾਇਬ ਹੋਣਾ, ਔਰ ਨਵਜੋਤ ਸਿੰਘ ਸਿੱਧੂ ਦੀ ਵਾਈਫ ਨੂੰ ਚੇਅਰਪਰਸਨ ਬਣਾਉਣਾ, ਇਹ ਜਾਪਦਾ ਇਹ ਹੈ ਕਿ ਜਿਵੇਂ ਪੰਜਾਬ ਸਰਕਾਰ ਨੂੰ ਵੀ, ਪੰਜਾਬ ਦੀ ਕਾਂਗਰਸ ਨੂੰ ਵੀ ਤੇ ਦੇਸ਼ ਦੀ ਕਾਂਗਰਸ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਦਾ ਬਰੀ ਹੋਣਾ ਮੁਸ਼ਕਲ ਹੈ, ਉਹਨਾਂ ਨੂੰ ਸਜ਼ਾ ਹੋ ਸਕਦੀ ਹੈ। ਸਜ਼ਾ ਹੋਣ ਦੀ ਸੂਰਤ ਦੇ ਵਿੱਚ ਫਿਰ ਕਿਸੇ ਕਿਸਮ ਦੀ ਕਚਿਆਈ ਦਾ ਸਾਹਮਣਾ ਨਾ ਕਰਨਾ ਪਵੇ, ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ। ਇਹੀ ਕਾਰਨ ਹੈ ਕਿ ਪਹਿਲਾਂ ਉਹਨਾਂ ਦਾ ਕਰਨਾਟਕਾ ਵਾਲੇ ਪਾਸੇ ਨਾ ਨੀ ਪਾਇਆ, ਉਹਦੇ ਚੋਂ ਕੱਟਤਾ, ਹੁਣ ਕਮੇਟੀਆਂ ਚ ਨਾ ਨੀ ਪਾਇਆ, ਉਹਦੇ ਚੋਂ ਉਹ ਗਾਇਬ ਹੋ ਗਏ। ਤੀਜਾ ਉਹਨਾਂ ਦੀ ਵਾਈਫ ਨੂੰ ਜਿਹੜਾ ਚੇਅਰਪਰਸਨ ਬਣਾਤਾ ਹੈ ਉਹਦੇ ਤੋਂ ਇਹ ਸਪਸ਼ਟ ਕਰਤਾ ਕਿ ਕੱਲ ਕਲੋਤਰ ਅਗਰ ਨਵਜੋਤ ਸਿੰਘ ਸਿੱਧੂ ਨੂੰ ਸਜ਼ਾ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਸੀਟ ਆਪਣੀ ਛੱਡਣੀ ਪੈਣੀ ਹੈ ਅੰਮ੍ਰਿਤਸਰ ਵਾਲੀ, ਤੇ ਫਿਰ ਬੀਬੀ ਨਵਜੋਤ ਕੌਰ ਸਿੱਧੂ ਨੂੰ ਉੱਥੋਂ ਚੋਣ ਲੜਾਈ ਜਾ ਸਕਦੀ ਹੈ, ਚੋਣ ਲੜਾ ਕੇ ਉਹਨਾਂ ਨੂੰ ਜਿਹੜਾ ਪੰਜਾਬ ਦੀ ਵਜ਼ਾਰਤ ਵਿੱਚ ਭਰਤੀ ਕੀਤਾ ਜਾ ਸਕਦਾ। ਮੇਰੇ ਖਿਆਲ ਮੁਤਾਬਕ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਹਾਲਾਤ ਇਹ ਲੱਗਦੇ ਹੈ ਕਿ ਦਿਨ ਹੁਣ ਇੱਕ ਵਾਰੀ ਪੁੱਗ ਚੁੱਕੇ ਹੈ, ਸ਼ਾਇਦ ਫਿਰ ਮੌਕਾ ਮਿਲਦਾ ਨਹੀਂ ਮਿਲਦਾ। ਕਾਨੂੰਨ ਇਹ ਹੈ ਕਿ ਜਿੰਨੀ ਕਿਸੇ ਬੰਦੇ ਨੂੰ ਕੈਦ ਹੋ ਜਾਏ ਫੌਜਦਾਰੀ ਕੇਸ ਦੇ ਵਿੱਚ ਉਹ ਕੈਦ ਜੋੜ ਕੇ ਨਾਲ ਅਗਲੇ 6 ਸਾਲ ਹੋਰ ਉਹ ਦੁਬਾਰਾ ਫਿਰ ਕਿਸੇ ਪੋਸਟ ਦੇ ਉੱਤੇ ਇਲੈਕਸ਼ਨ ਨਹੀਂ ਲੜ ਸਕਦਾ, ਅਗਰ ਇਹ ਗੱਲ ਹੁੰਦੀ ਹੈ ਤਾਂ ਫਿਰ ਸਮਝ ਲਓ ਵੀ ਨਵਜੋਤ ਸਿੰਘ ਸਿੱਧੂ ਦਾ ਰਾਜਨੀਤਿਕ ਜੀਵਨ ਹੈ ਜਿਹੜਾ ਉਹ ਗੰਭੀਰ ਖਤਰੇ ਚ ਹੈ। ਜੀ ਮਤਲਬ ਇਹ ਨੋ ਬਾਲ ਦੇ ਉੱਤੇ ਆਊਟ ਹੋਣ ਦੇ ਚਾਂਸ ਬਣਦੇ ਜਾਂਦੇ। ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ। ਸੋ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ, ਅੱਜ ਤੁਸੀਂ ਬੜੀ ਬੇਬਾਕੀ ਦੇ ਨਾਲ ਦੋ ਤਿੰਨ ਵਿਸ਼ਿਆਂ ਦੇ ਉੱਤੇ ਗੱਲਬਾਤ ਕੀਤੀ, ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫੇਰ ਸਾਂਝ ਪਾਉਣੇ ਆ। ਜੁੜਨ ਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ, ਤੁਹਾਡਾ ਵੀ ਬਹੁਤ ਬਹੁਤ। ਸਾਡੇ ਸਰੋਤਿਆਂ ਨੂੰ ਫੇਰ ਸਤਿ ਸ੍ਰੀ ਅਕਾਲ, ਮਿਲਦੇ ਹਾਂ ਅਗਲੇ ਹਫ਼ਤੇ। ਸਤਿ ਸ੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਜੀ, ਬਹੁਤ ਧੰਨਵਾਦ ਢਿੱਲੋਂ ਸਾਹਿਬ। ਬਖਤਾਰ ਸਿੰਘ ਢਿੱਲੋਂ ਸਾਹਿਬ ਦੇ ਨਾਲ ਦੋਸਤੋ ਗੱਲਬਾਤ ਤੁਸੀਂ ਸੁਣ ਰਹੇ ਸੀ, ਤੇ ਇਸੇ ਗੱਲਬਾਤ ਨੂੰ